ਸਾਡਾ ਤੁਹਾਡਾ ਤਾਲਮੇਲ ਕਾਇਮ ਰਹਿੰਦਾ। ਇਹਦੇ ਵਾਸਤੇ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਮਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਸਾਨੂੰ ਸਾਥ ਸਹਿਯੋਗ ਦਿੰਦੇ ਆ। ਬਾਠ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਨ ਪਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ। ਬਾਠ ਸਾਹਿਬ, ਗੈਰ ਕਾਨੂੰਨੀ ਪ੍ਰਵਾਸ ਦਾ ਮਾਮਲਾ ਫੇਰ ਚਰਚਾ ਦੇ ਵਿਚ ਹੈ ਜੀ। ਸੁਖਨੈਬ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਟਵੀਟ ਕੀਤਾ ਸੀ ਬੀਬੀ ਸੁਸ਼ਮਾ ਸਵਰਾਜ ਨੂੰ ਕਿ 52-53 ਭਾਰਤੀ ਜਿਹੜੇ ਨੇ, ਜਿਨ੍ਹਾਂ ਦੇ ਵਿਚੋਂ 100% ਹੀ ਪੰਜਾਬੀ ਆ ਤੇ ਉਹਨਾਂ ਦੇ ਵਿਚੋਂ ਬਹੁਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਆ, ਕਿ ਤੁਸੀਂ ਉਹਨਾਂ ਨੂੰ ਅਮਰੀਕਾ ਦੀ ਜੇਲ੍ਹ ਦੇ ਵਿਚੋਂ ਕੁਝ ਮਦਦ ਦਿਓ, ਕਿਉਂਕਿ ਇਹ ਵੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਟਵੀਟ ਦੇ ਵਿਚ ਮੰਨ ਲਈ ਸੀ ਕਿ ਉਹ ਇੱਕ ਮਨੁੱਖੀ ਤਸਕਰੀ ਦਾ ਅੰਗ ਬਣ ਗਿਆ ਸੀ, ਉਹਦਾ ਇੱਕ ਹਿੱਸਾ ਬਣ ਗਿਆ ਸੀ। 2 ਨੰਬਰ ਦੇ ਵਿਚ ਅਮਰੀਕਾ ਪਹੁੰਚੇ ਸੀ, ਅਗਲਿਆਂ ਫੜ ਲੈ, ਜੇਲ੍ਹ ਦੇ ਵਿਚ ਹਾਲਾਤ ਉਹਨਾਂ ਦੇ ਮਾੜੇ ਨੇ। ਉਹਦੇ ਤੋਂ ਬਾਅਦ ਹੌਲੀ ਹੌਲੀ ਰੌਲਾ ਰੱਪਾ ਪਿਆ, ਪੰਜਾਬ ਦੇ ਕੁਝ ਇੱਕ ਲੋਕਾਂ ਨੇ ਆਪ ਬੀਤੀਆਂ ਦੱਸੀਆਂ ਤੇ ਫਿਰ ਗਿਣਤੀ 100 ਤੋਂ ਟੱਪ ਗਈ, ਕਿ ਥੋੜੇ ਦਿਨਾਂ ਦੇ ਵਿਚ ਹੀ ਉੱਥੇ ਕਾਬੂ ਕੀਤੇ ਗਏ ਪੰਜਾਬੀਆਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਜੀ। ਤੇ ਜਦੋਂ 100 ਤੋਂ ਵੀ ਵੱਧ ਪੰਜਾਬੀਆਂ ਦੇ ਉੱਥੇ ਹੋਣ ਦਾ ਪਤਾ ਲੱਗਾ ਤਾਂ ਬਹੁਤ ਸਾਰੀਆਂ ਅਗਲੀਆਂ ਪਿਛਲੀਆਂ ਝਰੀਟਾਂ ਜਿਹੜੀਆਂ ਕਿ ਗੈਰ ਕਾਨੂੰਨੀ ਪ੍ਰਵਾਸ ਦੇ ਕਰਕੇ ਪੰਜਾਬੀਆਂ ਦੇ ਜਿਸਮ ਤੇ ਪੰਜਾਬੀਆਂ ਦੇ ਪਿੰਡੇ ਤੇ ਲੱਗੀਆਂ ਸੀ, ਉਹ ਇੱਕ ਵਾਰੀ ਫੇਰ ਛਿਲੀਆਂ ਗਈਆਂ, ਹਲੂਣੀਆਂ ਗਈਆਂ, ਬੁਲੰਦਰੀਆਂ ਗਈਆਂ। ਹੁਣ ਆਪਾਂ ਪਿਛਲੇ ਸਮੇਂ ਚ ਗੱਲ ਕੀਤੀ ਸੀ ਤਕਰੀਬਨ 2-2.5 ਮਹੀਨੇ ਪਹਿਲਾਂ ਕਿ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕੁਝ ਇੱਕ ਨੌਜਵਾਨ ਘਰੋਂ ਪਿਛਲੇ ਵਰੇ ਅਮਰੀਕਾ ਲਈ ਚੱਲੇ ਸੀ, ਚੱਲੇ 2 ਨੰਬਰ ਸੀ, ਲੱਖਾਂ ਰੁਪਇਆ ਏਜੰਟਾਂ ਨੂੰ ਦਿੱਤਾ ਪਰ ਪਹੁੰਚੇ ਕਿਸੇ ਪਾਸੇ ਨਹੀਂ ਜੀ। ਪਰਿਵਾਰ ਕਹਿੰਦੇ ਸੀ ਕਿ ਏਜੰਟ ਇਹ ਕਹਿ ਕੇ ਲਗਾਇਆ ਸੀ ਕਿ ਤੁਹਾਨੂੰ ਅਮਰੀਕਾ ਪਹੁੰਚਾ ਦਿਆਂਗੇ, ਬਹਾਮਸ ਟਾਪੂ ਤੱਕ ਅੱਪੜ ਵੀ ਗਏ। ਉਹਦੇ ਤੋਂ ਬਾਅਦ ਉਹਨਾਂ ਦਾ ਕੋਈ ਥੋ ਪਤਾ ਨਹੀਂ, ਉਹ ਕਿੱਥੇ ਹੈਗੇ ਆ ਤੇ ਕਿੱਥੇ ਨਹੀਂ, ਨਾ ਅਮਰੀਕਾ ਪਹੁੰਚੇ ਨਾ ਘਰੇ ਵਾਪਸ ਪਰਤੇ, ਨਾ ਪੁਖਤਾ ਰੂਪ ਦੇ ਵਿੱਚ ਇਹ ਜਾਣਕਾਰੀ ਮਿਲ ਸਕੀ ਕਿ ਉਹ ਦੁਨੀਆਂ 'ਚ ਹੈਗੇ ਆ ਜਾਂ ਹੈ ਨਹੀਂ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਕਹਿਣ ਤੇ ਭਾਰਤ ਦੀ ਸਰਕਾਰ ਨੇ ਬਹਾਮਸ ਦੀ ਸਰਕਾਰ ਦੇ ਨਾਲ ਸੰਪਰਕ ਵੀ ਕੀਤਾ ਸੀ, ਉੱਥੋਂ ਦੀ ਸਰਕਾਰ ਨੇ ਵੀ ਕਹਿਤਾ ਸੀ ਕਿ ਸਾਡੇ ਇੱਥੇ ਪਿਛਲੇ ਸਮੇਂ ਦੇ ਵਿੱਚ ਕੋਈ ਘਟਨਾ ਨਹੀਂ ਘਟੀ, ਨਾ ਸਾਡੀ ਜੇਲ੍ਹ ਦੇ ਵਿੱਚ ਤੁਹਾਡਾ ਕੋਈ ਮੁੰਡਾ ਹੈ, ਨਾ ਸਾਡੇ ਆਸ ਪਾਸ ਕੋਈ ਇੱਦਾਂ ਦੀ ਘਟਨਾ ਘਟੀ ਹੈ ਕਿ ਪਾਣੀ ਦੇ ਵਿੱਚ ਕੋਈ ਕਿਸ਼ਤੀ ਡੁੱਬੀ ਹੋਵੇ, ਅਸੀਂ ਤੁਹਾਨੂੰ ਉਹਦੇ ਬਾਬਤ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਸਕਦੇ। ਪਰ ਹੁਣ ਇਹ ਜਦੋਂ 100 ਤੋਂ ਵੱਧ ਪੰਜਾਬੀ ਮੁੰਡਿਆਂ ਦਾ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਹੋਣ ਦਾ ਪਤਾ ਲੱਗਾ ਤੇ ਉਹਨਾਂ 6-7 ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਜਿਹੜੇ ਪੰਜਾਬ ਦੇ ਨੌਜਵਾਨ ਨੇ, ਉਹਨਾਂ ਦੇ ਮਾਪਿਆਂ ਦੀਆਂ ਆਸਾਂ ਜਾਗੀਆਂ ਨੇ ਕਿ ਹੋਰੇ ਹੁਣ ਨਾ ਹੁਣ ਸਾਡੇ ਮੁੰਡੇ ਉਹ ਜੇਲ੍ਹ ਦੇ ਵਿੱਚ ਹੀ ਹੋਣ, ਸਾਡੇ ਮੁੰਡੇ ਉਹਨਾਂ ਬਾਕੀ 104 ਮੁੰਡਿਆਂ ਦੇ ਨਾਲ ਹੀ ਹੋਣ। ਇਸ ਕਰਕੇ ਉਹਨਾਂ ਨੇ ਇੱਕ ਵਾਰੀ ਫਿਰ ਪੰਜਾਬ ਦੀ ਸਰਕਾਰ ਵੱਲੋਂ ਹੁਣ ਆਸ ਦੀ ਨਜ਼ਰ ਗੱਡ ਦਿੱਤੀ ਹੈ ਕਿ ਤੁਸੀਂ ਹੀ ਸਾਡਾ ਕੋਈ ਲੜ ਪੱਲਾ ਫੜੋ, ਸਾਨੂੰ ਪਤਾ ਲੱਗ ਜਾਵੇ ਕਿ ਸਾਡੇ ਮੁੰਡੇ ਜੇ ਉਹਨਾਂ ਦੇ ਵਿੱਚ ਹੋਣ ਤਾਂ ਅਸੀਂ ਸਬਰ ਕਰ ਲਈਏ ਕਿ ਅੱਜ ਨਹੀਂ ਭੜਕ, ਜਾਂ ਅੱਪੜ ਜਾਣਗੇ ਜਾਂ ਵਾਪਸ ਆ ਜਾਣਗੇ, ਮੁੰਡੇ ਸਾਡੇ ਘਰੇ ਜ਼ਰੂਰ ਪਰਤਣਗੇ। 27 ਮਈ 2017 ਨੂੰ ਦੇਖੋ ਕਿੰਨਾ ਸਮਾਂ ਹੋ ਗਿਆ, 1 ਸਾਲ ਤੋਂ ਉੱਪਰ, ਇਹ ਮੁੰਡੇ ਜਿਹੜੇ ਨੇ ਉਹ 2 ਟਰੈਵਲ ਏਜੰਟਾਂ ਦੇ ਰਾਹੀਂ ਬਹਾਮਸ ਪਹੁੰਚੇ ਸੀ, ਉੱਥੋਂ ਫਰੀ ਪੋਰਟ ਤੱਕ ਪਹੁੰਚੇ, ਉੱਥੇ ਤੱਕ ਇਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਰਹੀਆਂ, ਪਰ ਉਹਦੇ ਤੋਂ ਬਾਅਦ ਜਿਹੜੇ ਏਜੰਟ ਆਪਣੇ ਟੈਲੀਫੋਨ ਦੇ ਨਾਲ ਦੀ ਗੱਲ ਕਰਾਉਂਦੇ ਸੀ ਉਹ ਏਜੰਟ ਵੀ ਫਰਾਰ ਨੇ, ਮੁੰਡਿਆਂ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ ਹੋਇਆ। ਮੁਕੇਰੀਆਂ ਨੇੜਲਾ ਪਿੰਡ ਹੈ ਪੁਰੀਕਾ, ਉੱਥੋਂ ਦਾ ਸਰਜੀਤ, ਮੁਕੇਰੀਆਂ ਸ਼ਹਿਰ ਦਾ ਮੁੰਡਾ ਇੰਦਰਜੀਤ, 30 ਸਾਲਾਂ ਦਾ ਜਸਵਿੰਦਰ ਸਿੰਘ, 1 ਬੱਚੀ ਦਾ ਬਾਪ ਵੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਿਆਨਪੁਰ ਪਿੰਡ ਦਾ ਅਮਨਦੀਪ, ਪਲੱਥ ਨੇੜਲੇ ਮਾਨਾ ਤਲਵੰਡੀ ਦਾ ਨਵਦੀਪ ਹੈ ਤੇ ਕਪੂਰਥਲਾ ਜ਼ਿਲ੍ਹੇ ਦੇ ਹੀ ਪੰਡਾਲ ਉਹਨਾਂ ਦਾ ਜਸਪ੍ਰੀਤ। ਇਹਨਾਂ ਦੇ ਵਿੱਚੋਂ ਇੱਕ ਜੇ ਜਸਵਿੰਦਰ ਨੂੰ ਛੱਡ ਲਈਏ, ਜਿਹੜਾ ਵਿਆਹਿਆ ਵਰਿਆ, ਜਿਹਦੇ ਇੱਕ ਛੋਟੀ ਬੱਚੀ ਵੀ ਹੈ, ਉਹਦੇ ਤੋਂ ਬਿਨਾਂ ਬਾਕੀ ਸਾਰਿਆਂ ਦੀ ਉਮਰ ਹੈ ਸੁਖਨੈਬ ਜੀ 23 ਵਰਿਆਂ ਤੋਂ ਘੱਟ ਹੈ, ਤੇ ਜਿਹੜੇ ਹੁਣ ਲੱਭਦੇ ਨੇ। ਹੁਣ ਉਹਨਾਂ ਦੇ ਮਾਪਿਆਂ ਨੇ ਕਿਹਾ ਕਿ ਦੇਖੋ ਅਸੀਂ ਕਹਿੰਦੇ ਕੇਸ ਵੀ ਲਾਤਾ, ਅਸੀਂ FIR ਦਰਜ ਕਰਾਤੀਆਂ, ਇਹਨਾਂ ਦੇ ਵਿੱਚੋਂ 2 ਜਿਹੜੇ ਕਥਿਤ ਟਰੈਵਲ ਏਜੰਟ ਨੇ ਉਹਨਾਂ ਦੀਆਂ ਸੁਪਰੀਮ ਕੋਰਟ ਨੇ ਵੀ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ, ਅਜੇ ਤੱਕ ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲੀ ਕਿਸੇ ਵੀ ਪਾਸਿਓਂ। ਪਰ ਨਾਲ ਦੀ ਨਾਲ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਫਰਜ਼ੀ ਟਰੈਵਲ ਏਜੰਟ ਦਾ ਮੁਕੇਰੀਆਂ ਦੇ ਵਿੱਚ ਹੋਟਲ ਚੱਲਦਾ, ਉਹਦੇ ਉੱਤੇ ਕਹਿੰਦੇ ਨਾ ਅਜੇ ਤੱਕ ਰੇਡ ਕੀਤੀ ਹੈ, ਨਾ ਪ੍ਰਸ਼ਾਸਨ ਨੇ ਉਸ ਹੋਟਲ ਨੂੰ ਅਜੇ ਤੱਕ ਜਿੰਦਰਾ ਕਰਵਾਇਆ, ਅਜੇ ਤੱਕ ਕਹਿੰਦੇ ਕੰਮ ਉਦਾਂ ਦਾ ਉਦਾਂ ਹੀ ਚੱਲੀ ਜਾਂਦਾ, ਨਾ ਉਹਦਾ ਕਾਰੋਬਾਰ ਬੰਦ ਹੋਇਆ ਨਾ ਕੁਝ ਹੋਰ, ਤੇ ਸਾਡੇ ਕਹਿੰਦੇ ਕਾਰੋਬਾਰ ਵੀ ਬੰਦ ਨੇ, ਸਾਡਾ ਭਵਿੱਖ ਵੀ ਅੱਗਿਓਂ ਲੱਗਦਾ ਕਿ ਜਿੰਦਰਾ ਵੱਜ ਗਿਆ, ਤੇ ਸਰਕਾਰ ਸਾਡਾ ਪੂਰੇ ਤਰੀਕੇ ਦੇ ਨਾਲ ਸਾਥ ਕਿਉਂ ਨਹੀਂ ਦਿੰਦੀ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ 104 ਪੰਜਾਬੀ ਗੱਭਰੂਆਂ ਦੇ ਹੋਣ ਦੀ ਚਰਚਾ ਚੱਲ ਰਹੀ ਹੈ, ਕਿ ਇਹਨਾਂ 7 ਪਰਿਵਾਰਾਂ ਦੇ ਵਿੱਚੋਂ ਕਿਸੇ ਪਰਿਵਾਰ ਦੀਆਂ ਅੱਖਾਂ ਦੇ ਅੱਥਰੂ ਪੂੰਝਣ ਜੋਗੀ ਕੋਈ ਖ਼ਬਰ ਆਉਂਦੀ ਹੈ ਕਿ ਨਹੀਂ ਆਉਂਦੀ। ਪਰ ਇਹਦੇ ਨਾਲ ਨਾਲ
ਬਹੁਤ ਸਾਰੇ ਹੋਰ ਪੰਜਾਬੀ ਨੇ ਜਿਹੜੇ 2.5-3.75 ਨੰਬਰ ਦੇ ਰਸਤੇ ਵਿਦੇਸ਼ ਪਹੁੰਚਣ ਦੀ ਸੁਖਨੈਬ ਜੀ ਫੁੱਲ ਤਿਆਰੀ ਚ ਨੇ, ਉਹਨਾਂ ਪੰਜਾਬੀਆਂ ਦਾ ਹੋਏਗਾ ਕੀ? ਇਧਰਲੇ ਪਾਸੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤਾਂ ਲੰਬਾ ਸਮਾਂ ਹੋ ਗਿਆ ਨਾ। ਇਹ ਵੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਜੀਣ ਯੋਗ ਹਾਲਾਤ ਬਣਾਉਣ, ਰੁਜ਼ਗਾਰ ਦੇਣ ਦਾ ਕੋਈ ਹੀਲਾ ਵਸੀਲਾ ਕਰਨ, ਇਧਰਲੇ ਪਾਸੇ ਉਹ ਮੁੰਡੇ ਕੁੜੀਆਂ ਨੂੰ ਉਧਰਲੇ ਪਾਸੇ ਨਾ ਭੱਜਣਾ ਪਵੇ। ਚਲੋ ਸਾਡੀਆਂ ਲਾਲਸਾਵਾਂ ਵੀ ਨੇ, ਸਾਡੇ ਲਾਲਚ ਵੀ ਨੇ, ਅਸੀਂ ਸ਼ਾਰਟਕੱਟ ਵੀ ਚਾਹੁੰਦੇ ਹਾਂ, ਪਰ ਘੱਟੋ ਘੱਟ ਭਾਰਤ ਦਾ, ਪੰਜਾਬ ਦਾ ਚੰਗਾ ਮਾਹੌਲ ਹੋਵੇ ਤਾਂ ਸ਼ਾਇਦ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਜਿਗਰ ਦੇ ਟੋਟੇ ਜਿਹੜੇ ਨੇ ਇਸ ਤਰੀਕੇ ਸਮੁੰਦਰ ਦੇ ਪਾਣੀਆਂ ਚ ਗੋਤੇ ਖਾਣ ਦੇ ਲਈ ਨਾ ਘੱਲਣੇ ਪੈਣ। ਜੀ ਵਟ ਸਾਹਿਬ, ਅਗਲੀ ਖਬਰ ਵੱਲ ਮਾਰੀਏ ਥੋੜੀ ਜਿਹੀ ਨਜ਼ਰ ਤੇ ਪਰਾਲੀ ਦੇ ਹੱਲ ਦੇ ਵਾਸਤੇ। ਕਹਿੰਦੇ ਜੀ ਪਹਿਲਾ ਪਲਾਂਟ ਹੈ ਮਾਲਵੇ ਚ ਲੱਗੂਗਾ ਤੇ ਉਦੋਂ ਬਾਅਦ ਫਿਰ ਪੰਜਾਬ ਚ। ਸੁਖਨੈਬ ਜੀ ਸਾਨੂੰ ਤਾਂ ਹੁਣ ਆਦਤ ਪੈ ਗਈ ਨਾ ਦੁਆਬੇ ਵਾਲਿਆਂ ਨੂੰ, ਮਾਝੇ ਵਾਲਿਆਂ ਨੂੰ ਕਿ ਭਾਈ ਜਿਹੜੀ ਵੀ ਚੀਜ਼ ਪੰਜਾਬ ਚ ਲੱਗਣੀ ਆ ਉਹ 5-4 ਸਾਲ ਬਾਅਦ ਹੀ ਅਸੀਂ ਉਡੀਕ ਕਰਦੇ ਹਾਂ। ਪਹਿਲਾਂ ਬਠਿੰਡਾ ਜ਼ਿਲ੍ਹਾ ਹੀ ਨੰਬਰ 1 ਹੁੰਦਾ ਕਿਉਂਕਿ ਹਰ ਇੱਕ ਚੀਜ਼, ਭਾਵੇਂ ਪੁਲ ਹੋਵੇ, ਭਾਵੇਂ ਫਲਾਈਓਵਰ ਹੋਵੇ, ਭਾਵੇਂ ਸੜਕਾਂ ਹੋਣ, ਭਾਵੇਂ ਜਿਹੜੀ ਮਰਜ਼ੀ ਚੀਜ਼ ਆਪਾਂ ਲਾ ਲਈਏ, ਉਹ ਮਾਲਵੇ ਚ ਲੱਗਦੀ ਸੀ। ਜਦੋਂ ਕਪਤਾਨ ਸਾਹਿਬ ਮੁੱਖ ਮੰਤਰੀ ਬਣੇ ਉਦੋਂ ਲੱਗਦਾ ਸੀ ਕਿ ਬਠਿੰਡੇ ਦੀਆਂ ਬੱਤੀਆਂ ਸ਼ਾਇਦ ਹੁਣ ਵਿਕਾਸ ਵਾਲੇ ਪੱਖ ਤੋਂ ਪਹਿਲਾਂ ਵਰਗੀ ਤੇਜ਼ੀ ਦੇ ਨਾਲ ਨਾ ਜਗਣ, ਪਰ ਮਨਪ੍ਰੀਤ ਬਾਦਲ ਸਾਹਿਬ ਵਿੱਤ ਮੰਤਰੀ ਬਣ ਗਏ ਤੇ ਬੱਤੀਆਂ ਥੋੜੀਆਂ ਥੋੜੀਆਂ ਅਜੇ ਵੀ ਜਗੀ ਜਾਂਦੀਆਂ। ਚਲੋ ਰੌਲਾ ਸਿਰਫ ਇਸ ਗੱਲ ਦਾ ਕਿ ਭਾਵੇਂ ਬਠਿੰਡੇ ਦਾ ਵਿਕਾਸ ਹੋਵੇ, ਭਾਵੇਂ ਅੰਮ੍ਰਿਤਸਰ ਦਾ ਹੋਵੇ ਤੇ ਭਾਵੇਂ ਕਪੂਰਥਲੇ ਦਾ ਵਿਕਾਸ ਪੰਜਾਬ ਦਾ ਹੀ ਹੁੰਦਾ, ਤੇ ਸਾਨੂੰ ਪੰਜਾਬ ਦੇ ਵਿਕਾਸ ਦੀ ਜਿਹੜੀ ਹੈ ਉਹ ਹੱਥ ਜੋੜ ਕੇ, ਹੱਥ ਹਿਲਾ ਕੇ ਸਵਾਗਤ ਵਾਲੀ ਪ੍ਰਕਿਰਿਆ ਹੀ ਅਪਣਾਉਣੀ ਚਾਹੀਦੀ ਹੈ। ਹੁਣ ਸੁਖਨੈਬ ਜੀ ਦੇਖੋ ਗੱਲ ਕੀ ਹੋਈ ਕਿ ਜਦੋਂ ਪਿਛਲੇ ਸਾਲ ਸਤੰਬਰ ਅਕਤੂਬਰ ਦਾ ਮਹੀਨਾ ਸੀ, ਰਸ ਵੀ ਆਪਾਂ ਵਿੱਚੇ ਲਾ ਲੈਂਦੇ ਹਾਂ, ਪੰਜਾਬ ਦੇ ਵਿੱਚੋਂ ਝੋਨਾ ਵੱਢਿਆ ਗਿਆ, ਝੋਨਾ ਵੱਢਿਆ ਮੰਡੀਆਂ ਚ ਕਿਸਾਨਾਂ ਨੇ ਵੇਚਤਾ ਤੇ ਵੇਚ ਕੇ ਆ ਕੇ ਜਦੋਂ ਪੈਸਿਆਂ ਦੀ ਜੇ ਉਡੀਕ ਹੀ ਕੀਤੀ ਸੀ, ਤੰਗਰੀ ਫੜੀ ਮੋਢੇ ਤੇ ਰੱਖੀ, ਟੀਲਾਂ ਵਾਲੀ ਡੱਬੀ ਜੇਬ ਚ ਪਾਈ ਤੇ ਜਾ ਕੇ ਚੱਲ ਠਾ ਸਿੱਧੀ ਪਰਾਲੀ ਨੂੰ ਅੱਗ, ਏਦਾਂ ਹੀ ਹਰਿਆਣੇ ਵਾਲਿਆਂ ਨੇ ਕੀਤਾ। ਇਹ ਕੁਝ ਰਾਜਸਥਾਨ ਦੇ ਇੱਕ ਹਿੱਸੇ ਤੇ ਯੂਪੀ ਦੇ ਵੱਡੇ ਹਿੱਸੇ ਚ ਹੋਇਆ, ਧੂੰਆਂ ਸਮਾਨ ਵੱਲ ਨੂੰ ਗਿਆ, ਦਿੱਲੀ ਦੇ ਨੇੜੇ ਜਾ ਕੇ ਇਕੱਠਾ ਹੋ ਗਿਆ ਹੁਣ, ਤੇ ਦਿੱਲੀ ਵਾਲੇ ਕਹਿੰਦੇ ਕਿ ਇਹਨਾਂ 4 ਸੂਬਿਆਂ ਨੇ ਸਾਨੂੰ ਜੀਣ ਜੋਗਾ ਨਹੀਂ ਛੱਡਣਾ। ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚਲੇ ਗਿਆ, ਮਾਮਲਾ ਸੁਪਰੀਮ ਕੋਰਟ ਚਲੇ ਗਿਆ, ਮਾਮਲਾ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੋਲ ਚਲੇ ਗਿਆ। ਕਹਿਣ ਦਾ ਭਾਵ ਕਿ ਹਰ ਉਹ ਥਾਂ ਜਿੱਥੇ ਕਾਨੂੰਨੀ ਤੌਰ ਦੇ ਉੱਤੇ ਇਹ ਮਸਲਾ ਚੁੱਕਿਆ ਜਾ ਸਕਦਾ ਸੀ, ਉੱਥੇ ਉੱਥੇ ਇਸ ਮਸਲੇ ਦੀ ਆਵਾਜ਼ ਗੂੰਜੀ। 4 ਸੂਬਿਆਂ ਦੀਆਂ ਸਰਕਾਰਾਂ ਨੂੰ ਝਿੜਕਾਂ ਪਈਆਂ, ਸਭ ਤੋਂ ਵੱਧ ਝਿੜਕਾਂ ਪੰਜਾਬ ਨੂੰ ਪਈਆਂ ਕਿਉਂਕਿ ਸੁਖਨਾ ਅਸੀਂ ਕਾਸ਼ਤ ਬਥੇਰੀ ਕਰਦੇ ਹਾਂ। ਝਿੜਕਾਂ ਇਸ ਕਰਕੇ ਪਈਆਂ ਸੀ ਕਿ ਤੁਸੀਂ ਝੋਨੇ ਦੀ ਰਹਿੰਦ ਖੂੰਦ ਨੂੰ ਖੇਤ ਦੇ ਵਿੱਚ ਗਾਲਦੇ ਕਿਉਂ ਨੀ, ਉਹਦਾ ਕੋਈ ਅਲਟਰਨੇਟਿਵ ਲੱਭਦੇ ਕਿਉਂ ਨੀ, ਤੁਸੀਂ ਪਰਾਲੀ ਨੂੰ ਅੱਗ ਲਾ ਕੇ ਇੰਨਾ ਕਸਮਾਨੇ ਧੂੰਆਂ ਚੜਾ ਦਿੰਦੇ ਹੋ ਕਿ ਦਿੱਲੀ ਦੇ ਵਿੱਚ ਹਫ਼ਤਾ ਹਫ਼ਤਾ ਸੂਰਜ ਨਹੀਂ ਦਿਸਦਾ, ਦਿੱਲੀ ਦੇ ਵਿੱਚ ਲੋਕ ਬਾਹਰੋਂ ਜਾਣੋਂ ਵੀ ਗਰੇਜ਼ ਕਰਦੇ ਆ, ਉੱਥੋਂ ਦੀ ਸਰਕਾਰ ਨੂੰ ਇੱਦਾਂ ਦੀ ਐਡਵਾਈਜ਼ਰੀ ਜਾਰੀ ਕਰਨੀ ਪੈਂਦੀ ਹੈ, ਸਲਾਹਾਂ ਦੇਣੀਆਂ ਪੈਂਦੀਆਂ ਕਿ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਾ ਭੇਜੋ, ਆਪਣੇ ਬੱਚਿਆਂ ਨੂੰ ਜੇ ਸਕੂਲ ਚ ਭੇਜਣੇ ਜਮਾਤ ਦੇ ਵਿੱਚ ਰੱਖੋ, ਕਿਤੇ ਬਾਹਰ ਲਈ ਕੋਈ ਐਕਟੀਵਿਟੀ ਆਊਟਡੋਰ ਐਕਟੀਵਿਟੀ ਨਾ ਕਰਾ ਲਿਓ ਕਿਉਂਕਿ ਇੰਨਾ ਪ੍ਰਦੂਸ਼ਣ ਹੈ, ਬਹੁਤ ਸਾਰੀਆਂ ਬਿਮਾਰੀਆਂ ਕਹਿੰਦੇ ਲੱਗ ਸਕਦੀਆਂ। ਚਲੋ ਕਈ ਕੁਝ ਹੋਇਆ, ਕੰਸਟਰਕਸ਼ਨ ਦੇ ਕੰਮ ਬੰਦ ਕਰ ਦਿੱਤੇ ਗਏ ਕਿ ਘੱਟਾ ਨਾ ਉੜੇ, ਇੱਥੋਂ ਤੱਕ ਕਿ ਦਿੱਲੀ ਦੀਆਂ ਸੜਕਾਂ ਦੇ ਉੱਤੇ ਪਾਣੀ ਤੱਕ ਛਿੜਕਿਆ ਜਾਣ ਲੱਗਾ, ਫਿਰ ਰੌਲਾ ਪਿਆ ਕਿ ਹੈਲੀਕਾਪਟਰ ਰਾਹੀਂ ਪਾਣੀ ਦਾ ਛਿੜਕਾਅ ਕਰੋ, ਇਹ ਜਿਹੜਾ ਸਾਰਾ ਕੁਝ ਧਰਤੀ ਦੇ ਉੱਪਰ ਗੁਬਾਰ ਜਿਹਾ ਹੈਗਾ ਉਹਨੂੰ ਥੱਲੇ ਸੁੱਟੀਏ। ਪਰ ਜਿੰਨੀਆਂ ਕੁ ਝਿੜਕਾਂ ਸਾਡੀਆਂ ਸਰਕਾਰਾਂ ਨੂੰ ਪਈਆਂ, ਸਾਡੀਆਂ ਸਰਕਾਰਾਂ ਕਦੇ ਕਹਿਣ ਅਸੀਂ ਜੀ ਕਿਸਾਨਾਂ ਨੂੰ ਪੈਸੇ ਦਿੰਦੇ ਹਾਂ ਕਿ ਕਿਸਾਨ ਪਰਾਲੀ ਨਾ ਸਾੜਨ, ਉਹ ਕਹਿੰਦੇ ਲਿਆਓ ਲਿਸਟ ਜਿਹਨਾਂ ਨੂੰ ਤੁਸੀਂ ਪੈਸੇ ਦਿੰਦੇ ਆ, ਅਗਲੀ ਵਾਰੀ ਕਹਿੰਦੇ ਲਿਆਓ ਕਿਸਾਨ ਸਾਡੇ ਮੂਹਰੇ ਖੜੇ ਕਰੋ, ਸਰਕਾਰ ਦੇ ਪੈਸੇ ਦਿੱਤੇ ਕਿਹੜੇ ਚੈੱਕ ਰਾਹੀਂ ਦਿੱਤੇ, ਤੁਸੀਂ ਕਦੋਂ ਦਿੱਤੇ, ਕਿੰਨੀ ਤਰੀਕ ਨੂੰ ਦਿੱਤੇ, ਕਿਹੜੇ ਫੰਡ ਦੇ ਵਿੱਚੋਂ ਦਿੱਤੇ, ਸਾਨੂੰ ਕੋਈ ਦੱਸੋ ਤਾਂ ਸਹੀ। ਕਹਿਣ ਦਾ ਭਾਵ ਹੈ ਕਿ ਜੋ ਕੁਝ ਅਦਾਲਤਾਂ, ਜੋ ਕੁਝ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆਪਣੇ ਅਧਿਕਾਰ ਦੇ ਮੁਤਾਬਕ ਕਿਸੇ ਸੂਬੇ ਦੀ ਸਰਕਾਰ ਨੂੰ ਆਖ ਸਕਦੀ ਸੀ, ਸਭ ਕੁਝ ਆਖਿਆ, ਉਦੋਂ ਪੰਜਾਬ ਦੀ ਸਰਕਾਰ ਨੇ ਫਿਰ ਐਲਾਨ ਕੀਤਾ ਸੀ, ਉਹ ਕਹਿੰਦੇ ਸਾਡਾ ਵੀ ਤਾਂ ਨੁਕਸਾਨ ਬਥੇਰਾ ਹੁੰਦਾ, ਸਾਡੇ ਵੀ ਤਾਂ ਜਿਹੜੇ ਭੂਮੀ ਦੇ ਵਿੱਚ ਮਿੱਤਰ ਕੀੜੇ ਨੇ ਉਹ ਸੜਦੇ ਨੇ, ਮਰਦੇ ਨੇ, ਸਾਡੀ ਵੀ ਤਾਂ ਉਪਜਾਊ ਸ਼ਕਤੀ ਜ਼ਮੀਨ ਦੀ ਘਟਦੀ ਹੈ, ਇਸ ਕਰਕੇ ਅਸੀਂ ਪਰਾਲੀ ਨੂੰ ਸੜਨ ਤੋਂ ਰੋਕਣ ਦੇ ਲਈ ਚੇਨਈ ਦੀ ਇੱਕ ਕੰਪਨੀ ਨਾਲ ਕਹਿੰਦੇ ਅਸੀਂ ਸਮਝੌਤਾ ਹੀ ਕਰ ਲਿਆ। ਦਾਅਵੇ ਇਹ ਵੀ ਕੀਤੇ ਗਏ ਸੀ ਕਿ ਅਗਲੀ ਵਾਰ ਝੋਨੇ ਦੀ ਕਟਾਈ ਤੋਂ ਪਹਿਲਾਂ, ਝੋਨੇ ਦੀ ਵਢਾਈ ਤੋਂ ਪਹਿਲਾਂ ਅਸੀਂ ਪੰਜਾਬ ਚ ਘੱਟੋ ਘੱਟ 300 ਐਸੇ ਬਾਇਓਮਾਸ ਪਲਾਂਟ ਲਾ ਦੇਣੇ ਆ ਜਿਨ੍ਹਾਂ ਦੇ ਵਿੱਚ ਪਰਾਲੀ ਲਿਆ ਕੇ ਕਿਸਾਨ ਵੇਚਿਆ ਕਰਨਗੇ, 4 ਪੈਸੇ ਵੱਟਿਆ ਕਰਨਗੇ ਕਿਸਾਨ। ਫਿਰ ਉਹ ਕਹਿੰਦੇ ਅਸੀਂ ਕੈਟਲ ਫੀਡ ਵੀ ਬਣਾਵਾਂਗੇ ਪਸ਼ੂਆਂ ਵਾਲੀ, ਫਿਰ ਉਹਨਾਂ ਇਹ ਵੀ ਕਿਹਾ ਸੀ ਕਿ ਇੱਥੋਂ ਬਿਜਲੀ ਵੀ ਬਣੋ। ਪੰਜਾਬ ਦੇ ਲੋਕਾਂ ਨੇ ਸਵਾਗਤ ਕੀਤਾ ਕਿ ਜੇ ਮਨਪ੍ਰੀਤ ਬਾਦਲ ਕਹਿੰਦੇ ਆ, ਕਪਤਾਨ ਸਾਹਿਬ ਕਹਿੰਦੇ ਆ, ਤਾਂ ਫਿਰ ਕਿਤੇ ਨਾ ਕਿਤੇ ਗੱਲ ਨੇਪਰੇ ਚੜ ਜੂ। ਪਰ 6 ਮਹੀਨੇ ਨਿਕਲ ਗਏ, ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਕੁਝ ਨਹੀਂ ਸੀ ਹੋਇਆ, ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਕਿ ਝੋਨਾ ਤਾਂ ਲੱਗਣ ਲੱਗ ਪਿਆ, ਭਲਕ ਨੂੰ ਉਜਾੜ ਕਰ ਜਾਣਾ, ਫਿਰ ਝੋਨੇ ਨੂੰ ਹੌਲੀ ਹੌਲੀ ਜਿਹੜੇ ਨੇ ਉਹ ਦਾਣੇ ਲੱਗਣੇ, ਮੁੰਜਰਾਂ ਫੁੱਟਣੀਆਂ ਸ਼ੁਰੂ ਹੋ ਜਾਣੀਆਂ,
ਫਿਰ ਮੁੰਜਰਾਂ ਨੇ ਝੁਕਣਾ ਸ਼ੁਰੂ ਕਰ ਦੇਣਾ, ਕੰਬਾਈਨਾਂ ਆ ਕੇ ਝੋਨੇ ਦੇ ਖੇਤਾਂ ਚ ਵੜ ਜਾਣੀਆਂ, ਪਰਾਲੀ ਇਸੇ ਤਰੀਕੇ ਹੋਣੀ, ਅੱਗ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੋਣਾ। ਪੰਜਾਬ ਦੀ ਸਰਕਾਰ ਨੇ ਐਵੇਂ ਲਾਰਾ ਲੱਪਾ ਲਾਇਆ ਸੀ, ਪਰ ਹੁਣ ਆਖਿਰਕਾਰ ਬਠਿੰਡੇ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ। ਮਹਿਮਾ ਸਰਜਾ ਦੇ ਵਿੱਚ ਪਹਿਲਾ ਨੀਂਹ ਪੱਥਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੱਖਿਆ ਬਾਇਓਮਾਸ ਪਲਾਂਟ ਦਾ। ਉਹਨਾਂ ਦਾਅਵਾ ਕਰਤਾ ਕਹਿੰਦੇ ਜੀ 3 ਮਹੀਨਿਆਂ ਦੇ ਵਿੱਚ ਮੁਕੰਮਲ, ਤੇ ਨਾ ਕੇਵਲ ਮੁਕੰਮਲ ਬਲਕਿ 50 ਕਰੋੜ ਦੀ ਲਾਗਤ ਦੇ ਨਾਲ। ਕਹਿੰਦੇ ਇੱਕੋ ਇੱਕ ਨੀ ਲੱਗਣਾ, ਬਠਿੰਡੇ ਚ ਅਸੀਂ 8 ਹੋਰ ਲਾਉਣੇ ਆ, ਕੁੱਲ ਮਿਲਾ ਕੇ 9 ਲੱਗਣਗੇ। ਸਾਰੇ ਪੰਜਾਬ ਚੋਂ ਕਹਿੰਦੇ ਅਸੀਂ 200 ਪਲਾਂਟ ਲਾਵਾਂਗੇ, 10,000 ਕਰੋੜ ਰੁਪਈਏ ਦੀ ਇਨਵੈਸਟਮੈਂਟ। ਇਹ ਜਿਹੜੀ ਚੇਨਈ ਦੀ ਨੈਵੇ ਰਿਨਿਊਬਲ ਐਨਰਜੀ ਨਾਂ ਦੀ ਕੰਪਨੀ ਆ, ਪ੍ਰਾਈਵੇਟ ਲਿਮਿਟਡ ਹੈ, ਉਹ ਕਹਿੰਦੇ ਇੰਨਾ ਇਨਵੈਸਟਮੈਂਟ ਕਰੇਗੀ। ਹੁਣ ਸੁਖਨੈਬ ਜੀ ਸਵਾਲ ਇਹ ਪੈਦਾ ਹੁੰਦਾ ਕਿ ਇਹਦਾ ਕੰਮ ਕੀ ਹੋਏਗਾ। ਕੰਮ ਇਹਦਾ ਇੰਨਾ ਕੁ ਦੱਸਿਆ ਗਿਆ ਹਾਲ ਦੀ ਘੜੀ ਮਨਪ੍ਰੀਤ ਬਾਦਲ ਹੋਰਾਂ ਵੱਲੋਂ, ਕਹਿੰਦੇ ਕਿ ਹਰ ਰੋਜ਼ 300 ਟਨ ਪਰਾਲੀ ਇਹਨੇ ਪ੍ਰੋਸੈਸ ਕਰਨੀ ਹੈ, ਅੱਧਾ ਮਟੀਰੀਅਲ ਕੋਈ ਹੋਰ ਪਾਇਆ ਕਰਨਾ, ਅੱਧੀ ਪਾਇਆ ਕਰਨੀ ਆ ਪਰਾਲੀ ਤੇ ਕੈਟਲ ਫੀਡ ਤਿਆਰ। ਉਹ ਕੈਟਲ ਫੀਡ ਹੈ ਜਿਹੜੀ, ਉਹ ਕਹਿੰਦੇ ਅਸੀਂ ਇੱਥੇ ਥੋੜੀ ਰੱਖਣੀ ਹੈ, ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਅਸੀਂ ਕਹਿੰਦੇ ਕੈਟਲ ਫੀਡ ਜਿਹੜੀ ਹੈ ਉਹਨੂੰ ਐਕਸਪੋਰਟ ਕਰਨਾ, 4 ਪੈਸੇ ਜਿਹੜੇ ਹੈ ਉਹ ਬਚਿਆ ਕਰਨਗੇ। ਚਲੋ ਇਹ ਵੀ ਗੱਲ ਹੋਗੀ। ਇਹਦੇ ਤੋਂ ਇਲਾਵਾ ਉਹ ਕਹਿੰਦੇ ਅੱਧਾ ਮਟੀਰੀਅਲ ਕੋਈ ਹੋਰ ਪਾਇਆ ਕਰਨਾ, ਅੱਧੀ ਪਾਇਆ ਕਰਨੀ ਪਰਾਲੀ, ਉਹਦੇ ਤੋਂ ਬਣਨਾ ਕੋਲਾ, ਤੇ ਕੋਲਾ ਜਿਹੜਾ ਉਹਨੇ ਸਾਨੂੰ ਗਾਹਾਂ ਸਰਕਾਰੀ ਅਸੀਂ ਏਜੰਸੀਆਂ ਨੂੰ ਵੇਚਣਾ ਹੈ ਤੇ ਉਹਨਾਂ ਨੇ ਉੱਥੋਂ ਬਿਜਲੀ ਬਣਾਉਣੀ ਹੈ। ਇਹ ਵੀ ਗੱਲ ਠੀਕ ਹੋ ਗਈ। ਇੱਕ ਇੱਕ ਪਲਾਂਟ ਦਾ ਇਹਨਾਂ ਨੇ ਦਾਇਰਾ ਵੀ ਦੱਸਤਾ। ਉਹ ਕਹਿੰਦੇ ਸੈਂਟਰ ਚ ਜਿੱਥੇ ਪਲਾਟ ਲੱਗ ਜਿਹੜਾ ਪਲਾਂਟ ਲੱਗ ਗਿਆ ਬਾਇਓਮੈਸ ਪਲਾਂਟ, ਆਲੇ ਦੁਆਲੇ ਦਾ 10-10 ਕਿਲੋਮੀਟਰ ਦਾ ਜਿਹੜਾ ਖੇਤਰ ਹੈ ਉੱਥੇ ਪਰਾਲੀ ਸਾੜਨ ਦੀ ਲੋੜ ਨਹੀਂ। ਕਿਸਾਨ ਟਰਾਲੀ ਭਰ ਕੇ ਪਰਾਲੀ ਦੀ ਲਿਆ ਕਰਨਗੇ ਤੇ ਜਿੰਨੀ ਉਹ ਪਰਾਲੀ ਹੋਈ ਭਾਰ ਦੇ ਅਨੁਸਾਰ ਉਹ ਕਿਸਾਨਾਂ ਨੂੰ ਪੈਸੇ ਮਿਲ ਜਾ ਕਰਨਗੇ। ਇੱਥੋਂ ਤੱਕ ਵੀ ਮਨਪ੍ਰੀਤ ਬਾਦਲ ਹੋਰਾਂ ਨੇ ਦਾਅਵਾ ਕਰ ਦਿੱਤਾ। ਉਹ ਕਹਿੰਦੇ 20-20 ਏਕੜ ਜ਼ਮੀਨ ਚਾਹੀਦੀ ਹੈ ਇੱਕ ਪਲਾਟ ਦੇ ਲਈ, ਪਲਾਂਟ ਦੇ ਲਈ, ਤੇ ਉਹ 20 ਏਕੜ ਜ਼ਮੀਨ ਜਿੱਥੇ ਜਿੱਥੇ ਵੀ ਸਾਨੂੰ ਮਿਲਦੀ ਗਈ ਨਾਲੋ ਨਾਲ ਅਸੀਂ ਕੰਮ ਚੱਕ ਦੇਣਾ। ਪਰ ਇੱਕ ਗੱਲ ਹੁਣ ਸੁਖਨੈਬ ਜੀ ਸਪਸ਼ਟ ਹੋ ਗਈ ਹੈ, ਪੰਜਾਬ ਦੀ ਸਰਕਾਰ ਦਾ ਸਮਝੌਤਾ ਤਾਂ ਹੋਣਾ, 10,000 ਕਰੋੜ ਰੁਪਇਆ ਵੀ ਕੰਪਨੀ ਨੇ ਲਾਉਣਾ, ਪਰ ਇਹ ਦਾਅਵਾ ਬਹੁਤਾ ਜ਼ਿਆਦਾ ਕੋਈ ਪੁਖਤਾ ਨਹੀਂ ਕਿ ਅਸੀਂ ਇਸ ਵਰੇ ਜਦੋਂ ਝੋਨਾ ਵੱਢਣਾ ਉਦੋਂ ਸਾਰੇ ਪੰਜਾਬ ਦੇ ਵਿੱਚ ਬਾਇਓਮਾਸ ਪਲਾਂਟ ਲੱਗ ਗਏ। ਹੁਣ ਇਹ ਨਹੀਂ ਲੱਗਣੇ, 1 ਨਹੀਂ 2 ਨਹੀਂ, ਬੜੀ ਹੱਦ 3 ਚਾਲੂ ਹੋ ਜਾਣਗੇ। ਵੈਸੇ ਵੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਇਹ ਮੰਨ ਲਿਆ ਕਿ ਅਸੀਂ ਆਉਣ ਵਾਲੇ 3 ਤੋਂ ਲੈ ਕੇ 4 ਸਾਲਾਂ ਦੇ ਵਿੱਚ ਇਹ 200 ਪਲਾਂਟ ਜਿਹੜੇ ਆ ਉਹ ਮੁਕੰਮਲ ਕਰ ਦੇਣੇ ਆ, ਜਿਹਦੇ ਨਾਲ ਕਿ ਪੰਜਾਬ ਦੇ ਕਿਸਾਨ ਬਿਲਕੁਲ ਵੀ ਪਰਾਲੀ ਨੂੰ ਅੱਗ ਲਾਉਣ ਦੇ ਬਾਰੇ ਕਦੇ ਸੋਚਣਗੇ ਵੀ ਨਾ। ਚਲੋ ਦੇਰ ਆਏ ਦਰੁਸਤ ਆਏ, 1 ਲੱਗੇ 2 ਲੱਗੇ, ਭੜਕ ਨੂੰ 3 ਲੱਗਣ, ਹੌਲੀ ਹੌਲੀ 200 ਲੱਗਣ, ਪੰਜਾਬ ਸੂਬੇ ਦਾ ਪਰਾਲੀ ਨਾ ਸੜਨ ਦੇ ਕਰਕੇ ਬਹੁਤ ਕੁਝ ਬਚ ਸਕਦਾ। ਤੇ ਵੇਖਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਸਪੀਡ ਇਸ ਬਾਇਓਮਾਸ ਪਲਾਂਟ ਲੱਗਣ ਦੀ ਦੱਸੀ ਸੀ ਉਸੇ ਰਫਤਾਰ ਦੇ ਨਾਲ ਉਹ ਕੰਮ ਕਰਨਾ ਸ਼ੁਰੂ ਕਰੇਗਾ ਜਾਂ ਨਹੀਂ। ਜੀ ਅਸਲਾ ਡੋਪ ਟੈਸਟ ਦਾ ਸੱਚ ਸਾਹਮਣੇ ਆ ਗਿਆ ਜੀ ਹੁਣ ਕੁਛ। ਸੁਖਨੈਬ ਜੀ ਇਹ ਬੜੀ ਹੈਰਾਨ ਕਰਨ ਵਾਲੀ, ਪਰੇਸ਼ਾਨ ਕਰਨ ਵਾਲੀ ਤੇ ਥੋੜੀ ਜੀ ਨਿਰਾਸ਼ ਕਰਨ ਵਾਲੀ ਖਬਰ ਹੈ। ਜਦੋਂ 2017 ਦੇ ਵਿੱਚ ਆਪਾਂ ਰੇਡੀਓ ਚੰਨ ਪਰਦੇਸੀ ਦੇ ਸਰੋਤਿਆਂ ਦੇ ਨਾਲ ਇਹ ਗੱਲਾਂ ਦੀ ਸਾਂਝ ਪਾਉਂਦੇ ਸੀ ਕਿ ਭਾਈ ਵੇਖੋ ਪੰਜਾਬੀ ਸਮਾਜ, ਪੰਜਾਬੀ ਗੱਭਰੂ, ਪੰਜਾਬ ਦਾ ਨੌਜਵਾਨ ਵਰਗ ਕਿੱਧਰਲੇ ਪਾਸੇ ਨੂੰ ਤੁਰ ਪਿਆ। ਉਦੋਂ ਆਪਾਂ ਵਾਰ ਵਾਰ ਗੱਲ ਕਰਦੇ ਸੀ ਕਿ ਕੋਈ ਗੱਲ ਥੋੜੀ ਹੋਈ ਕਿ ਤੁਸੀਂ ਵਿਆਹਾਂ ਚ ਜਾਂਦੇ ਹਾਂ, ਅਸੀਂ ਬੰਦੂਕ ਲੈ ਜਾਂਦੇ, ਅਸੀਂ ਰਿਵਾਲਵਰ ਲੈ ਜਾਂਦੇ ਹਾਂ, ਲਾਇਸੈਂਸ ਸਾਡੇ ਕੋਲੇ ਹੁੰਦਾ ਤੇ ਉੱਥੇ ਫਿਰ ਫੋਕੀ ਸ਼ਾਨ ਬਣਾਉਂਦੇ, ਜਦੋਂ ਗੋਲੀਆਂ ਤਾਂ ਨੂੰ ਚਲਾਉਂਦੇ ਹਾਂ ਤੇ ਵਿੱਚ ਵਿਚਾਲੇ ਕਿਤੇ ਕਲਾਕਾਰ ਕੁੜੀ ਦੀ ਖੋਪੜੀ ਉਡਾ ਦਿੰਦੇ ਹਾਂ, 2 ਪਰਿਵਾਰਾਂ ਦਾ ਢਿੱਡ ਭਰਨ ਵਾਲੀ ਕੁੜੀ ਦੀ ਮੌਤ ਹੋ ਜਾਂਦੀ ਹੈ, ਅਸੀਂ ਜੱਗ ਉਹਦੇ ਜਾਂਦੇ ਹਾਂ ਤਾਂ ਲਾੜੇ ਦੀ ਖੋਪੜੀ ਉਡਾਉਂਦੇ ਹਾਂ, ਜਿਹੜੇ ਲਾੜੇ ਨੂੰ ਦੂਜੇ ਦਿਨ ਵਿਆਹੁਣ ਜਾਣਾ ਉਹਦੇ ਦੂਜੇ ਦਿਨ ਬਰਾਤ ਨਹੀਂ ਉੱਠਦੀ, ਅਰਥੀ ਉੱਠਦੀ ਹੈ। ਇੱਥੋਂ ਤੱਕ ਕਿ ਬਹੁਤ ਸਾਰੀਆਂ ਲੜਾਈਆਂ ਝਗੜਿਆਂ ਦੇ ਵਿੱਚ ਲਾਇਸੈਂਸੀ ਹਥਿਆਰ ਵਰਤੇ ਗਏ, ਇੱਥੋਂ ਤੱਕ ਕਿ ਕੁਝ ਗੈਂਗਸਟਰਾਂ ਨੇ ਵੱਡੀਆਂ ਵੱਡੀਆਂ ਕਾਰਵਾਈਆਂ ਕਰਨ ਦੇ ਲਈ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਉਹਨਾਂ ਦੇ ਬਾਬਤ ਵੀ ਸਪਸ਼ਟ ਹੋ ਗਿਆ ਸੀ ਕਿ ਉਹ ਹਥਿਆਰ ਲਾਇਸੈਂਸੀ ਹਥਿਆਰ ਨੇ। ਇਹਦੇ ਤੋਂ ਇਹ ਗੱਲ ਸਾਫ਼ ਹੁੰਦੀ ਸੀ ਕਿ ਬਹੁਤਾ ਕੁਝ ਠੀਕ ਨਹੀਂ ਚੱਲ ਰਿਹਾ ਪੰਜਾਬ ਦੇ ਵਿੱਚ। ਦੇਖੋ ਨਿਯਮ ਨੇ ਕੋਈ ਕਹਾਣੀ ਬਣਾਈ ਗਈ ਹੈ ਕਿ ਕਿਹੜੇ ਬੰਦੇ ਨੂੰ ਤੁਸੀਂ ਅਸਲਾ ਲਾਇਸੈਂਸ ਦੇ ਸਕਦੇ ਹੋ, ਤੋ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ, ਤੁਹਾਨੂੰ ਕਿਤੇ ਉਹ ਧਮਕੀ ਮਿਲਦੀ ਹੈ, ਜਾਂ ਤੁਸੀਂ ਕਿਸੇ ਐਸੇ ਰੁਤਬੇ ਦੇ ਉੱਤੇ ਬੈਠੇ ਹੋ ਜਿੱਥੇ ਤੁਹਾਡੇ ਬਹੁਤ ਸਾਰੇ ਬੰਦੇ ਦੁਸ਼ਮਣ ਬਣ ਸਕਦੇ ਆ। ਸੋ ਏਦਾਂ ਦੀਆਂ ਕਈ ਗੱਲਾਂ ਨੇ ਜਿਨ੍ਹਾਂ ਗੱਲਾਂ ਨੂੰ ਅਸੀਂ ਚੌਕਟੇ ਦੇ ਵਿੱਚ ਫਿੱਟ ਕਰਨਾ, ਤੇ ਜੇ ਫਿੱਟ ਆਉਂਦੇ ਹਾਂ ਤੇ ਫਿਰ ਅਸਲਾ ਲਾਇਸੈਂਸ ਦੇ ਲਈ ਅਰਜ਼ੀ ਜਿਹੜੀ ਆ ਵਿਚਾਰੀ ਜਾਂਦੀ ਹੈ। ਪਰ ਇਹ ਗੱਲਾਂ ਤਾਂ ਕਾਗਜ਼ੀ ਪੱਤਰੀਆਂ ਫਾਈਲਾਂ ਦੇ ਵਿੱਚ ਨੇ, ਰਜਿਸਟਰਾਂ ਦੇ ਵਿੱਚ ਨੇ, ਸਰਕੂਲਰ ਜਿਹੜੇ ਜਾਰੀ ਕੀਤੇ ਜਾਂਦੇ ਉਹਨਾਂ 'ਚ ਹੈ। ਅਸਲ ਗੱਲ ਤਾਂ ਇਹੀ ਹੈ ਕਿ ਜੇ ਤੁਹਾਡੀ ਪੋਲੀਟੀਕਲੀ ਅਪਰੋਚ ਹੈਗੀ ਹੈ, ਤੁਹਾਡੀ ਪਾਰਟੀ ਸੱਤਾਧਾਰੀ ਹੈ, ਕੋਈ ਵੱਡਾ ਬੰਦਾ ਤੁਹਾਨੂੰ ਜਾਣਦਾ, ਤਾਂ ਫਿਰ
ਕੋਈ ਚੌਕਟਾ ਨਹੀਂ, ਕੋਈ ਨਿਯਮ ਨਹੀਂ, ਕੋਈ ਕਾਨੂੰਨ ਨਹੀਂ, ਫਿਰ ਤੁਹਾਡਾ ਅਸਲੇ ਦਾ ਲਾਇਸੈਂਸ ਸਮਝ ਲਓ ਬਣ ਗਿਆ, ਤੇ ਤੁਹਾਨੂੰ ਬਹੁਤੀਆਂ ਜ਼ਿਆਦਾ ਸ਼ਰਤਾਂ ਪੂਰੀਆਂ ਕਰਨ ਦੀ ਵੀ ਨਹੀਂ ਲੋੜ। ਤੇ ਜੇ ਤੁਹਾਡੇ ਕੋਲ ਦਗਦਨਾਮਾ ਦੇਣ ਦੀ ਸਮਰੱਥਾ ਹੈ ਤਾਂ ਫਿਰ ਤਾਂ ਸਮਝ ਲਓ ਤੁਹਾਨੂੰ ਕਿਸੇ ਅਪਰੋਚ ਦੀ ਵੀ ਨਹੀਂ ਲੋੜ। ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸੁਖਨੈਬ ਜੀ ਇਹ ਅੰਕੜੇ ਸਾਹਮਣੇ ਆਏ ਸੀ ਕਿ ਪੰਜਾਬ 'ਚ ਓਨੇ ਹਥਿਆਰ ਪੰਜਾਬ ਦੀ ਪੁਲਿਸ ਦੇ ਕੋਲ ਨਹੀਂ ਜਿੰਨੇ ਹਥਿਆਰ ਲਾਇਸੈਂਸਾਂ ਦੇ ਉੱਤੇ ਪੰਜਾਬ ਦੇ ਆਮ ਲੋਕਾਂ ਨੇ ਚੜਾ ਕੇ ਖਰੀਦੇ ਹੋਏ ਆ, ਇਹਦੇ ਤੋਂ ਇਲਾਵਾ ਜਿਹੜਾ 2 ਨੰਬਰ ਦਾ ਅਸਲਾ ਉਹ ਵੱਖਰਾ। ਤੇ ਫਿਰ ਪੰਜਾਬ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਤਾਂ ਆਉਣੀਆਂ ਹੀ ਸੀ। ਹੁਣ ਦੇਖੋ ਗੱਲ ਕੀ ਹੋਈ, ਜਦੋਂ ਲਗਾਤਾਰ ਘਟਨਾਵਾਂ ਘਟਣ ਲੱਗ ਪਈਆਂ ਨਾ ਕਿ ਭਾਈ ਆਪਣੀ ਸੁਰੱਖਿਆ ਦੇ ਲਈ ਅਸਲਾ ਘੱਟ ਲਿਆ ਗਿਆ ਤੇ ਫੋਕੇ ਟੋਹ ਟੱਪੇ ਦੇ ਲਈ ਤੇ ਦੂਜਿਆਂ ਨੂੰ ਡਰਾਉਣ ਦੇ ਲਈ ਤੇ 2 ਨੰਬਰ ਦੇ ਕੰਮ ਕਰਨ ਦੇ ਲਈ ਅਸਲੇ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ, ਤਾਂ ਸੁਖਨੈਬ ਜੀ ਕੈਪਟਨ ਸਾਹਿਬ ਦੀ ਸਰਕਾਰ ਨੇ ਫੈਸਲਾ ਕਰ ਲਿਆ ਸੀ। ਉਹ ਕਹਿੰਦੇ ਸੀ ਨਹੀਂ ਬਈ ਆ ਕਦੇ ਪੈਲਸਾਂ 'ਚ ਗੋਲੀਆਂ ਚੱਲਣ, ਕਦੇ ਕਿਸੇ ਹੋਰ ਤਰੀਕੇ ਚੱਲਣ, ਆਪਾਂ ਪਹਿਲੀ ਗੱਲ ਮੈਂਟਲ ਟੈਸਟ ਕਰਾਵਾਂਗੇ ਕਿ ਬੰਦਾ ਮਾਨਸਿਕ ਪੱਧਰ ਦੇ ਉੱਤੇ ਠੀਕ ਵੀ ਹੈ ਭਾਈ, ਦੂਜਾ ਆਪਾਂ ਕਰਾਵਾਂਗੇ ਕਹਿੰਦੇ ਆਈ ਟੈਸਟ ਕਿ ਬੰਦੇ ਨੂੰ ਨਜ਼ਰ ਵੀ ਆਉਂਦਾ ਹੈ ਨਾ ਹੋਵੇ, ਖੱਬੇ ਪਾਸੇ ਵਾਲਾ ਫੜਕਾਉਣਾ ਹੋਵੇ ਤਾਂ ਸੱਜੇ ਪਾਸੇ ਵਾਲਾ ਫੜਕਾ ਕੇ ਸੁੱਟ ਦਿਓ, ਤੇ ਤੀਸਰਾ ਡੋਪ ਟੈਸਟ ਕਿਉਂਕਿ ਪੰਜਾਬ 'ਚ ਨਸ਼ਿਆਂ ਦਾ ਤਾਂਡਵ ਨਾਚ ਵੀ ਨੱਚਿਆ ਜਾ ਰਿਹਾ ਤੇ ਜਿਹੜਾ ਬੰਦਾ ਨਸ਼ਾ ਕਰਦਾ ਹੋਊਗਾ, ਸੁਖਨੈਬ ਜੀ ਇਹ ਗੱਲ ਤਾਂ ਪੱਕੀ ਹੈ ਨਾ, ਜਿੱਦਾਂ ਦੇ ਨਸ਼ੇ ਅੱਜ ਕੱਲ੍ਹ ਆ ਗਏ ਉਹਦੇ ਨੇ ਇੱਕ ਕਿਸਮ ਦੇ ਕੈਮੀਕਲ ਵਾਲੇ ਨਸ਼ੇ, ਉਹਦੇ ਵਿੱਚ ਤਾਂ ਬੰਦੇ ਨੂੰ ਦੀਦਾ ਹੀ ਕੁਝ ਨੀ, ਭਾਫਾ ਖੜਾ ਕੇ ਦੁਸ਼ਮਣ ਖੜਾ। ਇਸੇ ਕਰਕੇ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਕਿ ਭਾਈ ਜੇ ਕੋਈ ਬੰਦਾ ਅਸਲੇ ਦਾ ਲਾਇਸੈਂਸ ਬਣਵਾਉਣ ਆਉਂਦਾ, ਰੀਨਿਊ ਕਰਾਉਣ ਆਉਂਦਾ ਜਾਂ ਅਸਲਾ ਕੋਈ ਲੈ ਕੇ ਆਪਣੇ ਪੁਰਾਣੇ ਬਣੇ ਲਾਇਸੈਂਸ ਉੱਤੇ ਚੜਵਾਉਣ ਆਉਂਦਾ, ਉਹਦੇ ਲਈ ਸਭ ਤੋਂ ਪਹਿਲਾਂ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੈ। ਸ਼ੁਰੂਆਤੀ ਦੌਰ 'ਚ ਸੈਂਕੜੇ ਲੋਕ ਆਪਣੇ ਅਸਲੇ ਦੇ ਲਾਇਸੈਂਸ ਇਸ ਕਰਕੇ ਰੀਨਿਊ ਨਹੀਂ ਕਰਾ ਸਕੇ ਕਿਉਂਕਿ ਉਹ ਡੋਪ ਟੈਸਟ ਦੇ ਵਿੱਚੋਂ ਫੇਲ ਹੋ ਗਿਆ ਸੀ। ਬਹੁਤੇ ਲੋਕਾਂ ਨੇ ਚੰਗਾ ਮਨਾਇਆ ਕਿ ਭਾਈ ਆਹ ਤਾਂ ਕਪਤਾਨ ਸਾਹਿਬ ਦੀ ਗੱਲ ਚੰਗੀ ਹੈ ਨਾ, ਆਹ ਤਾਂ ਗੱਲ ਹੋਈ ਨਾ, ਸਰਕਾਰਾਂ ਦੀ ਜ਼ਿੰਮੇਵਾਰੀ ਵਾਲੀ ਭਾਵਨਾ ਏਦਾਂ ਦੀ ਹੋਣੀ ਚਾਹੀਦੀ ਹੈ। ਪਰ ਬਾਅਦ ਵਿੱਚ ਕੀ ਨਿਕਲਿਆ, ਹੁਣ ਇੱਕ ਪੰਜਾਬ ਦੇ ਬਹੁਤ ਵੱਡੇ ਮੀਡੀਆ ਅਦਾਰੇ ਨੇ, ਪੰਜਾਬ ਦੇ ਕਾਹਦੇ ਉੱਤਰੀ ਭਾਰਤ ਤੇ, ਉਸ ਮੀਡੀਆ ਅਦਾਰੇ ਨੇ ਇੱਕ ਜਿਹੜਾ ਸਟਿੰਗ ਆਪਰੇਸ਼ਨ ਕੀਤਾ, ਉਸ ਸਟਿੰਗ ਆਪਰੇਸ਼ਨ ਨੇ ਖਿੱਦੋ 'ਚ ਜਿੰਨੀਆਂ ਕਲੀਅਰਾਂ ਸੀ ਸਾਰੀਆਂ ਕੱਢ ਕੇ ਬਾਹਰ ਰੱਖਤੀਆਂ ਕਿ ਭਾਈ ਆਹ ਵੇਖ ਲਓ ਅਸਲਾ ਲਾਇਸੈਂਸ ਲੈਣ ਦੇ ਲਈ ਰੀਨਿਊ ਕਰਾਉਣ ਦੇ ਲਈ ਡੋਪ ਟੈਸਟ ਦਾ ਅਗਲਾ ਸੱਚ। ਸੱਚ ਕੀ ਨਿਕਲਿਆ, ਪੱਤਰਕਾਰ ਅਸਲਾ ਧਾਰਕ ਬਣ ਕੇ ਜਾਂਦਾ ਲੁਧਿਆਣੇ ਦੇ ਹਸਪਤਾਲ 'ਚ ਕਿ ਭਾਈ ਮੈਂ ਨਸ਼ਾ ਨੁਸ਼ਾ ਕਰਦਾ, ਲਾਇਸੈਂਸ ਰੀਨਿਊ ਕਰਾਉਣਾ, ਤੇ ਮੈਂ ਤਾਂ ਜੇ ਯੂਰਿਨ ਸੈਂਪਲ ਦੇ ਦਿੱਤਾ ਮੈਂ ਤਾਂ ਫੇਲ ਹੋ ਜੂ, ਮੇਰਾ ਤਾਂ ਰੂਹ ਕੱਖ ਨਾ। ਉਹ ਕਹਿੰਦੇ ਰੁਪਈਆ 20,000 ਲਿਆਓ, ਇੱਦਾਂ ਦੀ ਕਿਹੜੀ ਗੱਲ ਆ ਭਾਈ ਸਾਹਿਬ। ਉਹ ਕਹਿੰਦਾ ਲੈ 20,000 ਤਾਂ ਜ਼ਿਆਦਾ, 15,000 'ਚ ਸੌਦਾ ਤੈਅ ਹੁੰਦਾ ਹਰ ਇੱਕ ਚੀਜ਼ ਰਿਕਾਰਡ, ਤੇ ਜਦੋਂ 15,000 'ਚ ਸੌਦਾ ਤੈਅ ਹੁੰਦਾ ਉਹ ਤੋਂ ਪੁੱਛਿਆ ਜਾਂਦਾ ਕਿ 15,000 ਤਾਂ ਰੁਪਈਆ ਬਹੁਤ ਜ਼ਿਆਦਾ। ਉਹ ਕਹਿੰਦੇ ਲੈ ਤਾਂ ਥੋੜ੍ਹੀ ਹੈ, ਉਹ ਕਹਿੰਦੇ ਅਸੀਂ ਤੁਹਾਨੂੰ ਦੇਣਾ ਯੂਰਿਨ ਦਾ ਸੈਂਪਲ ਜਿਹੜਾ ਕਿ ਉਸ ਬੰਦੇ ਦਾ ਜਿਹੜਾ ਨਸ਼ਾ ਕਰਦਾ ਹੀ ਨਹੀਂ, 2,000 ਰੁਪਇਆ ਕਹਿੰਦੇ ਉਹਨੂੰ ਦੇਣਾ, 6 ਤੋਂ ਲੈ ਕੇ 8,000 ਰੁਪਇਆ ਕਹਿੰਦੇ ਡਾਕਟਰ ਨੂੰ ਦੇਣਾ, 2,000 ਰੁਪਇਆ ਫਿਰ ਕਹਿੰਦੇ ਜਿਹੜਾ ਲੈਬੋਰਟਰੀ ਟੈਕਨੀਸ਼ੀਅਨ ਲੱਗਾ ਉਹਨੂੰ ਦੇਣਾ, ਤੇ ਇੱਦਾਂ ਇੱਦਾਂ ਕਰਕੇ ਉਹ ਕਹਿੰਦਾ ਮੇਰੇ ਪੱਲੇ ਤਾਂ 1,000-2,000 ਹੀ ਪੈਣਾ, ਜੇ ਤੈਨੂੰ ਇਹ ਲੱਗਦਾ ਕਿ 15,000 ਰੁਪਇਆ ਮੈਂ ਆਪਣੀ ਜੇਬ 'ਚ ਪਾ ਲੈਣਾ ਤੇਰਾ ਭੁਲੇਖਾ। ਚਲੋ ਜੀ ਕੰਮ ਅੱਗੇ ਤੁਰ ਪਿਆ, 15,000 'ਚ ਸੌਦਾ ਤੈਅ ਹੋ ਗਿਆ, ਰੁਪਈਆ 7,500 ਗਿਣ ਕੇ ਉਹਨੇ ਅੱਧੇ ਪਹਿਲਾਂ ਫੜ ਲਿਆ, ਕਹਿੰਦੇ ਅੱਧੇ ਬਾਅਦ 'ਚ ਦਿੱਤੀ। ਹੁਣ ਜਦੋਂ ਉਹ ਬੰਦੇ ਨੇ ਡੋਪ ਟੈਸਟ ਕਰਾਉਣ ਦੇ ਲਈ ਯੂਰਿਨ ਸੈਂਪਲ ਦੇਣ ਜਾਣਾ ਸੀ, ਉਹਨੂੰ ਪਹਿਲਾਂ ਹੀ ਉਹ ਜਿਹੜੀਆਂ 2 ਸ਼ੀਸ਼ੀਆਂ ਯੂਰਿਨ ਦੀਆਂ ਭਰੀਆਂ ਦੇ ਦਿੱਤੀਆਂ ਜਾਂਦੀਆਂ, ਤੇ ਉਹਨੂੰ ਪੁੱਛਿਆ ਇਹ ਕੀ, ਤੇ ਕਹਿੰਦੇ 2,000 ਰੁਪਈਆ ਦੇ ਕੇ ਉਸ ਬੰਦੇ ਦਾ ਯੂਰਿਨ ਸੈਂਪਲ ਲਿਆਂਦਾ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ। ਅੰਦਰ ਜਾ ਕੇ ਕਹਿੰਦੇ ਜਿਹੜੀਆਂ ਸ਼ੀਸ਼ੀਆਂ ਖਾਲੀ ਨੇ ਉਹ ਜੇਬ 'ਚ ਪਾ ਲਿਆਉਣੀਆਂ, ਜਿਹੜੀਆਂ ਭਰੀਆਂ ਪਹਿਲਾਂ ਹੀ ਯੂਰਿਨ ਦੀਆਂ ਉਹ ਤੂੰ ਦੇ ਆਉਣੀਆਂ। ਚਲੋ ਜੀ ਇੰਨਾ ਕੰਮ ਹੋ ਗਿਆ। ਸੁਖਨੈਬ ਜੀ ਹਾਲਾਤ ਦੇਖੋ ਕਿੱਦਾਂ ਦੇ ਨੇ, ਨਾ ਕੋਈ ਬੰਦੇ ਦਾ ਮੈਂਟਲ ਟੈਸਟ ਹੋਇਆ, ਨਾ ਕੋਈ ਬੰਦੇ ਦਾ ਆਈ ਟੈਸਟ ਹੋਇਆ, 15 ਮਿੰਟਾਂ ਦੇ ਵਿੱਚ 3 ਰਿਪੋਰਟਾਂ ਬਣ ਕੇ ਬਾਹਰ, ਇਸ ਬੰਦੇ ਦਾ ਡੋਪ ਟੈਸਟ ਵੀ ਠੀਕ ਹੈ, ਇਸ ਬੰਦੇ ਦਾ ਮੈਂਟਲ ਲੈਵਲ ਵੀ ਠੀਕ ਹੈ, ਇਸ ਬੰਦੇ ਦੀ ਆਈ ਸਾਈਟ ਵੀ ਠੀਕ ਹੈ, ਇਹਨੂੰ ਕਿਸੇ ਤਰ੍ਹਾਂ ਦੀ ਕੋਈ ਕਾਣ ਨਹੀਂ। ਇਸ ਕਰਕੇ ਜੇ ਤੁਸੀਂ ਅਸਲਾ ਲਾਇਸੈਂਸ ਇਸ ਬੰਦੇ ਨੂੰ ਜਾਰੀ ਕਰਦੇ ਹੋ ਜਾਂ ਰੀਨਿਊ ਕਰਦੇ ਹੋ ਤਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਣ ਦੀ ਸੰਭਾਵਨਾ ਨਹੀਂ। ਮੈਂ ਇੱਥੇ ਇੱਕ ਗੱਲ ਹੋਰ ਦੱਸਿਆ, ਜਦੋਂ ਸਧਾਰਨ ਬੰਦਾ ਇਮਾਨਦਾਰੀ ਦੇ ਨਾਲ ਡੋਪ ਟੈਸਟ ਦੇਣ ਜਾਂਦਾ, ਸੁਖਨੈਬ ਜੀ ਉਸ ਲੁਧਿਆਣੇ ਦੇ ਵਿੱਚ 1.5 ਮਹੀਨੇ ਤੋਂ ਪਹਿਲਾਂ ਉਹਦੀ ਵਾਰੀ ਨਹੀਂ ਆਉਂਦੀ ਰਿਪੋਰਟ ਲੈਣ ਦੀ, ਤੇ ਇੱਥੇ ਉਹ ਬੰਦੇ ਨੂੰ 45 ਦਿਨ ਲੱਗਦੇ ਆ, ਜਿਹਨੇ 15,000 ਖਰਚਿਆ, ਨਾ ਕੋਈ ਹੋਰ ਟੈਸਟ ਦਿੱਤਾ, ਨਾ ਕੁਝ ਹੋਰ, 15 ਮਿੰਟਾਂ ਦੇ ਵਿੱਚ ਰਿਪੋਰਟ ਬਣ ਕੇ ਡਾਕਟਰ ਦੀ ਮੋਹਰ ਲਾ ਕੇ ਡਾਕਟਰ ਦੇ ਸਾਈਨ ਹੋ ਕੇ ਉਹਦੇ ਹੱਥ 'ਚ ਆ ਗਈ। ਉਹ ਕਹਿੰਦਾ ਮੈਂ ਤਾਂ ਪਾਣੀ ਦੀ ਬੋਤਲ ਹੀ ਖਰੀਦਣ ਗਿਆ ਦੁਕਾਨ ਤੋਂ, ਕਿ ਭਾਈ ਪਤਾ ਨਹੀਂ ਇਹਨੇ ਕਿੰਨਾ ਕੁ ਸਮਾਂ ਲਾਉਣਾ ਤੇ ਰਿਪੋਰਟ ਬਣ ਕੇ ਤਿਆਰ ਹੋ ਕੇ ਵੀ ਆ ਗਈ। ਚਲੋ ਇਹਦੇ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਦਾ ਦਿਲ ਬਹਿਲਾਉਣ ਨੂੰ ਨੀਤੀ ਤਾਂ ਬਣਾ ਦਿੱਤੀ, ਪਰ ਜਿਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇਹ ਡੋਪ ਟੈਸਟ ਕਰਵਾ ਕੇ ਉਹਨਾਂ ਨੇ ਆਉਣਾ ਹੈ, ਉੱਥੇ ਦੇਖੋ ਰਿਸ਼ਵਤਖੋਰੀ ਦਾ ਤਾਂਡਵ ਨਾਚ ਕਿੱਡਾ ਵੱਡਾ ਨੱਚਦਾ। ਬੰਦੇ ਦੇ ਕੋਲ ਹੈ ਆਪਣੀ ਉਹ ਰਿਪੋਰਟ, ਜੇ ਇਸ ਰਿਪੋਰਟ ਦੇ ਵਿੱਚ ਯੂਰਿਨ ਸੈਂਪਲ ਵੀ ਕਿਸੇ ਦਾ, ਕੋਈ ਉਹਦੀ ਚੈੱਕਅਪ ਨਹੀਂ ਕੀਤੀ ਗਈ, ਨਾ ਆਈ ਸਾਈਟ ਨਾ ਮੈਂਟਲ ਹੈਲਥ, ਤਾਂ ਫਿਰ ਪੰਜਾਬ ਦੇ ਵਿੱਚ ਭਾਈ ਗੋਲੀਆਂ ਦੀ ਠਾਠੂ ਕਸੂਤੇ ਥਾਂ ਹੀ ਫਿਰ ਹੋਣੀ ਹੈ।
ਬ੍ਰਹਮ ਮਹਿੰਦਰਾ ਸਾਹਿਬ ਸਿਹਤ ਮੰਤਰੀ ਨੇ ਪੱਤਰਕਾਰਾਂ ਨੇ ਪੁੱਛਿਆ ਜੀ ਆਹ ਵੇਖੋ ਰਿਕਾਰਡਿੰਗ ਹੈ, ਕੀ ਕਰਨਾ ਚਾਹੋਗੇ? ਕਹਿੰਦੇ ਕਰਨਾ ਕੀ ਹੈ, ਕਮਾਲ ਦੀ ਗੱਲ ਹੈ, ਚੰਗਾ ਹੋਇਆ ਤੁਸੀਂ ਸਾਨੂੰ ਦੱਸਤਾ ਤੇ ਠੋਕ ਕੇ ਕਾਰਵਾਈ ਕਰਾਂਗੇ। ਦੂਜੇ ਪਾਸੇ ਸਤੀਸ਼ ਚੰਦਰਾ ਨੇ ਅਡੀਸ਼ਨਲ ਚੀਫ ਸੈਕਟਰੀ ਹੈਲਥ ਡਿਪਾਰਟਮੈਂਟ ਦੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ, ਵਿਜੀਲੈਂਸ ਜਾਂਚ ਤੋਂ ਗੱਲ ਨਹੀਂ ਬਣਨੀ, ਮੈਂ ਵਿਜੀਲੈਂਸ ਦੀ ਜਾਂਚ ਮਾਰਕ ਕਰਨ ਲੱਗਾ। ਤੇ ਜਦੋਂ ਡਾਕਟਰ ਪਰਮਿੰਦਰ ਸਿੱਧੂ ਨੂੰ ਪੁੱਛਿਆ ਸਿਵਲ ਸਰਜਨ ਸਿਵਲ ਹਸਪੀਟਲ ਲੁਧਿਆਣੇ ਦੇ, ਉਹ ਕਹਿੰਦੇ ਜੀ ਦੇਖੋ ਹਰ ਇੱਕ ਡਾਕਟਰ ਦੀ ਡਿਊਟੀ ਹੈ ਕਿ ਡੋਪ ਟੈਸਟ ਕਰਵਾਉਣ ਆਏ ਦਾ ਮੈਂਟਲ ਟੈਸਟ, ਆਈਸਾਈਟ ਟੈਸਟ, ਜਿਹੜਾ ਸਭ ਕੁਝ ਆਪਣੀ ਨਜ਼ਰ ਦੇ ਹੇਠ ਕਰਾਵੇ। ਤਾਂ ਜੇ ਕਹਿੰਦੇ ਕਿਸੇ ਡਾਕਟਰ ਨੇ ਇਤਨੀ ਅਣਗਹਿਲੀ ਕੀਤੀ ਹੈ, ਇਹ ਸਾਰਾ ਕੁਝ ਇੱਥੇ ਵਾਪਰਿਆ ਤਾਂ ਅਸੀਂ ਸਖ਼ਤ ਐਕਸ਼ਨ ਲਵਾਂਗੇ। ਐਕਸ਼ਨ ਲੈਂਦੇ ਆ ਕਿ ਨਹੀਂ ਲੈਂਦੇ ਇਹ ਤਾਂ ਪਤਾ ਨਹੀਂ, ਪਰ ਸੁਖਨੈਬ ਜੀ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਈ ਹੈ ਕਿ ਭਾਰਤ 'ਚ ਕਾਨੂੰਨ ਬਹੁਤ ਬਣਦੇ ਨੇ, ਨੀਤੀਆਂ ਬਹੁਤ ਬਣਦੀਆਂ, ਪਰ ਉਹਨਾਂ ਕਾਨੂੰਨਾਂ ਤੇ ਉਹਨਾਂ ਨੀਤੀਆਂ ਨੂੰ ਜਿੰਨੀ ਦੇਰ ਸਾਫ਼ ਨੀਅਤ ਇਮਾਨਦਾਰੀ ਵਾਲੀ ਨੀਤੀ ਦੇ ਮੁਤਾਬਿਕ ਲਾਗੂ ਨਹੀਂ ਕੀਤਾ ਜਾਂਦਾ, ਸਿੱਟੇ ਚੱਜਦੇ ਨਹੀਂ ਨਿਕਲਣੇ। ਜੀ ਬਾਠ ਸਾਹਿਬ ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਆਪਾਂ ਫੇਰ ਨਾਲ ਸਰੋਤਿਆਂ ਦੇ ਜੁੜੇ ਰਹਿੰਦੇ ਹਾਂ ਜੀ। ਜੀ ਅੱਜ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹਾਂ। ਅਤੇ ਬਾਠ ਸਾਹਿਬ ਐਸ ਜੀ ਪੀ ਸੀ ਨੇ ਕਈ ਅਹਿਮ ਫੈਸਲੇ ਲੈ ਲਏ ਜੀ, ਕਿਵੇਂ ਵੀ ਹੁਣ ਵੀ ਬਾਦਲ ਸਾਹਿਬ ਤੋਂ ਬਿਨਾਂ ਚੱਲੂਗਾ ਅਕਾਲੀ ਦਲ? ਨਹੀਂ ਸੁਖਨੈਬ ਜੀ ਏਦਾਂ ਦੀ ਗੱਲ ਕੋਈ ਨਹੀਂ, ਇਹ ਤਾਂ ਫੈਸਲੇ ਮੈਨੂੰ ਲੱਗਦਾ ਕਿ ਉੱਧਰ ਨਜ਼ਰ ਆਸਾਨੀ ਕਰਕੇ ਲੈ ਗਏ ਆ ਕਿ ਭਾਈ ਸੂਤ ਕਿੱਦਾਂ ਲਾਉਣਾ ਜਾਂ ਲਵਾਉਣਾ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੱਲ ਤੁਸੀਂ ਕਹਿਤੀ ਨਾ, ਇਹ ਏਦਾਂ ਨਹੀਂ ਹੈਗੀ। ਉਹਨਾਂ ਨੇ ਕੰਮ ਆਪਣਾ ਜਿਵੇਂ ਪਹਿਲਾਂ ਚਲਾਉਂਦੇ ਆ ਉਦਾਂ ਹੀ ਚਲਾਉਣਾ, ਤੁਸੀਂ ਜਿੰਨਾ ਮਰਜ਼ੀ ਆਖੀ ਜਾਓ ਕੋਈ ਅਸਰ ਨਹੀਂ ਕਿਸੇ ਦੀ ਸਿਹਤ ਦੇ ਉੱਤੇ ਭੂਰਾ ਵੀ। ਹੁਣ ਸ਼੍ਰੋਮਣੀ ਕਮੇਟੀ ਨੇ ਫੈਸਲੇ ਕੀਤੇ ਕਈ। ਪਹਿਲਾ ਮੁੱਖ ਫੈਸਲਾ ਕਹਿੰਦੇ ਅਸੀਂ ਜੋਧਪੁਰ ਨਜ਼ਰਬੰਦ ਜਿਹੜੇ ਜੇਲ੍ਹ ਦੇ ਵਿੱਚ ਰਹੇ ਆ ਸਿੱਖ, ਉਹਨਾਂ ਦੇ ਬਾਬਤ ਕਰਨ ਜਾ ਰਹੇ ਹਾਂ। ਉਹ ਕਹਿੰਦੇ ਪਹਿਲੀ ਗੱਲ ਅਸੀਂ ਇਹ ਦੱਸਦੇ ਅੱਜ ਕਈ ਬੰਦੇ ਜਿਹੜੇ ਅਲੰਗਵਾਲ ਸਾਹਿਬ ਦੀ ਗੱਲ ਹੈ, ਇਹ ਪ੍ਰਧਾਨ ਸਾਹਿਬ ਦੀ ਗੋਬਿੰਦ ਸਿੰਘ ਹੋਣੀ ਜੀ, ਉਹ ਕਹਿੰਦੇ ਅਸੀਂ ਤਿੰਨ ਮੈਂਬਰੀ ਕਮੇਟੀ ਬਣਾਤੀ ਆ, ਕਾਨੂੰਨੀ ਸੈੱਲ ਬਣਾਤਾ ਜਿਹਦੇ ਵਿੱਚ ਭਾਈ ਗੁਰਚਰਨ ਸਿੰਘ ਗਰੇਵਾਲ, ਭਗਵੰਤ ਸਿੰਘ ਸਿਆਲਕਾ ਤੇ ਜਗਜੀਤ ਸਿੰਘ PA ਸ਼ਾਮਿਲ ਨੇ। ਇਹ ਤਿੰਨੋਂ ਬੰਦੇ ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਦੀ ਕਾਨੂੰਨੀ ਤੌਰ ਦੇ ਉੱਤੇ ਸਹਾਇਤਾ ਕਰਨਗੇ ਜਿੱਦਾਂ ਦੀ ਵੀ ਉਹਨਾਂ ਨੂੰ ਲੋੜ ਹੈ। ਸਹਾਇਤਾ ਕੀ ਕਰਨੀ ਹੈ? ਇੱਕ ਤਾਂ ਜਿਹੜੇ 40 ਬੰਦਿਆਂ ਨੂੰ 4-4 ਲੱਖ ਰੁਪਈਆ ਪਲੱਸ ਇੰਟਰਸਟ ਜਿਹੜਾ ਉਹ ਦੇਣਾ, ਉਹਦੇ ਵਿੱਚ ਕਹਿੰਦੇ ਕਾਨੂੰਨੀ ਦਿੱਕਤ ਆਉਂਦੀ ਹੈ, ਅਸੀਂ SGPC ਵੱਲੋਂ ਕਾਨੂੰਨੀ ਚਾਰੇ ਜਾਈ ਉਹਦੇ ਲਈ ਕਰਾਂਗੇ। ਜਿਹੜੇ ਬਾਕੀ ਬੰਦਿਆਂ ਨੇ ਕਹਿੰਦੇ ਕੇਸ ਦੇ ਵਿੱਚੋਂ ਪੈਰ ਪਿਛਾਂ ਖਿੱਚ ਲਿਆ ਸੀ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਅਸੀਂ ਉਹਨਾਂ ਦੇ ਲਈ ਵੀ ਸੰਘਰਸ਼ ਕਰਾਂਗੇ। ਇਹ ਤਿੰਨ ਮੈਂਬਰੀ ਕਮੇਟੀ ਜਿਹੜੀ ਆ ਇਸ ਸਾਰੇ ਮਸਲੇ ਨੂੰ ਡੀਲ ਕਰੇਗੀ। ਚਲੋ ਚੰਗੀ ਗੱਲ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਪਰ ਸੁਖਨੈਬ ਜੀ ਦੇਖੋ, ਇਹ ਮਸਲਾ ਤਾਂ ਸ਼੍ਰੋਮਣੀ ਕਮੇਟੀ ਦਾ ਸੀ ਪਹਿਲੇ ਦਿਨ ਤੋਂ। ਸੰਘਰਸ਼ SGPC ਨੇ ਨਹੀਂ ਲੜਿਆ, ਸੰਘਰਸ਼ ਮੁੱਖ ਤੌਰ ਦੇ ਉੱਤੇ ਉਹਨਾਂ ਪੀੜਤਾਂ ਨੇ ਲੜਿਆ। SGPC ਗਾਹੇ ਬਗਾਹੇ ਮਾੜੀ ਮੋਟੀ ਸਹਾਇਤਾ ਕਰਦੀ ਆਈ ਹੈ। ਮੈਨੂੰ ਯਾਦ ਹੈ ਇੱਕ ਵਾਰੀ ਇਹਨਾਂ ਨੇ ਲੱਖ ਲੱਖ ਰੁਪਈਆ ਵੀ ਉਹਨਾਂ ਨੂੰ ਦਿੱਤਾ ਸੀ, ਕਈਆਂ ਨੂੰ SGPC ਦੇ ਵਿੱਚ ਨੌਕਰੀਆਂ ਵੀ ਦਿੱਤੀਆਂ ਸੀ। ਪਰ ਜਿਸ ਤਰੀਕੇ ਜਰਨੈਲ ਬਣ ਕੇ, ਕਪਤਾਨ ਬਣ ਕੇ, ਸੈਨਾਪਤੀ ਬਣ ਕੇ ਯੁੱਧ ਕਾਨੂੰਨੀ ਤੌਰ ਤੇ SGPC ਨੂੰ ਲੜਨਾ ਚਾਹੀਦਾ ਸੀ, ਉਹ ਨਹੀਂ ਸੀ ਇਹਨਾਂ ਤੋਂ ਲੜਿਆ ਗਿਆ। ਹੁਣ ਕਦੋਂ SGPC ਨੇ ਕਾਨੂੰਨੀ ਸੈੱਲ ਬਣਾਇਆ? ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਆ ਕਿ ਜੇ ਕੇਂਦਰ ਦੀ ਸਰਕਾਰ ਤੁਹਾਨੂੰ ਪੈਸੇ ਨਹੀਂ ਨਾ ਦਿੰਦੀ, ਮੁਆਵਜ਼ਾ 4.5 ਕਰੋੜ ਰੁਪਇਆ ਬਣਦਾ, ਅਸੀਂ ਪੰਜਾਬ ਦੀ ਸਰਕਾਰ ਵੱਲੋਂ ਦੇ ਦਿਆਂ, ਘਬਰਾਓ ਨਾ, ਅਸੀਂ ਥੋੜੇ ਦਿਨ ਹੀ ਦੇਖਣਾ, ਨਹੀਂ ਤਾਂ ਜਾਰੀ ਕਰ ਦੇਣੇ ਆ ਪੈਸੇ। ਇਹ ਕਦੋਂ ਆਇਆ ਮਸਲਾ ਸਾਹਮਣੇ? ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੂੰ ਚਿੱਠੀ ਤੱਕ ਲਿਖ ਦਿੱਤੀ ਕਿ ਗ੍ਰਹਿ ਮੰਤਰੀ ਸਾਹਿਬ ਹੱਥ ਜੋੜਦੇ, ਤੁਹਾਡੇ ਮੂਹਰੇ ਸਿੱਖਾਂ ਨੂੰ ਬੇਗਾਨਗੀ ਦੀ ਭਾਵਨਾ ਦੇ ਵਿੱਚ ਜਾਣ ਤੋਂ ਰੋਕਣਾ, ਤਾਂ ਇਹਨਾਂ ਨੂੰ ਇਹ ਮੁਆਵਜ਼ਾ ਦੇ ਦਿਓ, ਐਵੇਂ ਹਾਈਕੋਰਟ ਦੇ ਵਿੱਚ ਜਾ ਕੇ ਅਪੀਲਾਂ ਨਾ ਕਰਦੇ ਫਿਰੋ। ਦੂਸਰਾ ਫੈਸਲਾ SGPC ਦਾ, ਉਹ ਕਹਿੰਦੇ ਜੀ ਦੇਖੋ, ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਦੇ ਵਿੱਚ ਸਿੱਖਾਂ ਦਾ ਰੌਲਾ ਔਖੇ ਨੇ, ਮੁਸੀਬਤ 'ਚ ਨੇ। 10 ਲੱਖ ਰੁਪਈਆ ਕਹਿੰਦੇ ਉੱਥੋਂ ਦੇ ਗੁਰੂ ਘਰ ਦੀ ਇਮਾਰਤ ਦੀ ਮੁਰੰਮਤ ਦੇ ਲਈ, 2 ਲੱਖ ਰੁਪਈਆ ਕਹਿੰਦੇ ਉਸ ਸਿੱਖ ਪਰਿਵਾਰ ਨੂੰ ਦਿੱਤਾ ਜਿਸ ਸਿੱਖ ਪਰਿਵਾਰ ਦੇ ਘਰ ਦੇ ਉੱਤੇ ਹਮਲਾ ਹੋਇਆ, 21,000 ਰੁਪਈਆ ਕਹਿੰਦੇ ਉਹਨਾਂ ਨੂੰ ਦਿੱਤਾ ਸਿੱਖਾਂ ਨੂੰ ਜਿਹੜੇ ਉੱਥੇ ਥੋੜੇ ਥੋੜੇ ਨੁਕਸਾਨੇ ਗਏ ਆ, ਤੇ ਬਾਕੀ ਅਸੀਂ ਕਹਿੰਦੇ ਆਉਣ ਵਾਲੇ ਸਮੇਂ 'ਚ ਸ਼ਿਲੌਂਗ ਦੇ ਸਿੱਖਾਂ ਨੂੰ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੋਈ ਅਸੀਂ ਖੜੇ ਹਾਂ, ਭੱਜਦੇ ਨਹੀਂ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਕੀ ਤਾਂ ਸਾਰੀਆਂ ਗੱਲਾਂ ਠੀਕ ਨੇ, ਆ ਪਿਛਲੇ ਸਮੇਂ ਦੇ ਵਿੱਚ ਪੱਗਾਂ ਲੱਥਣ ਦੇ ਕਈ ਮਾਮਲੇ ਸਾਹਮਣੇ ਆ ਗਏ, ਕਦੇ ਰੀਤਾ ਦੇ ਮਾਮਲੇ 'ਚ, ਕਦੇ ਕਿਸੇ ਮਾਮਲੇ 'ਚ, ਤਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਹੁਤੇ ਸਿੱਧੇ ਜਵਾਬ ਦੇਣ ਦੀ ਥਾਂ ਇਹਨਾਂ ਜਵਾਬਾਂ ਤੋਂ ਬਚਦੇ ਨਜ਼ਰ ਆਏ। ਸੋ ਵੇਖਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਤਕਰੀਬਨ 15-16 ਸਾਲਾਂ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬਣਾਇਆ ਗਿਆ ਕਾਨੂੰਨੀ ਸੈੱਲ ਇਸ ਸਾਰੇ ਮਸਲੇ ਦੇ ਵਿੱਚ ਨਜ਼ਰਬੰਦਾਂ ਦੀ ਕੋਈ ਸਹਾਇਤਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਜਾਂ ਫੋਕਾ ਫਾਇਰ ਹੀ ਸਾਬਿਤ ਹੋਏਗਾ ਜੀ? ਤੇ ਤੇਲ ਦੀਆਂ ਕੀਮਤਾਂ ਤੇ ਕਹਿੰਦੇ
ਅਕਾਲੀ ਦਲ ਵੀ ਕਾਂਗਰਸ ਦੇ ਨਾਲ ਆਮੋ ਸਾਹਮਣੇ ਹੋ ਗਿਆ ਜੀ, ਨਾਲੇ ਕਹਿੰਦੇ ਅਸੀਂ ਧਰਨਾ ਧੁਰਨਾ ਜਾ ਦੇਵਾਂਗੇ ਹੁਣ। ਦੇਖੋ ਸੁਖਨੈਬ ਜੀ, ਹੁਣ ਅਕਾਲੀ ਦਲ ਦੇ ਕੋਲ ਦਰੀਆਂ ਤਾਂ ਆਪਣੀਆਂ ਹੀ ਆ, ਕਿਹੜਾ ਕਿਰਾਏ ਤੇ ਲੈਣੀਆਂ, ਕਿਉਂਕਿ ਸੰਘਰਸ਼ਾਂ ਵਾਲੀ ਪਾਰਟੀ ਆ, ਸ਼ੁਰੂ ਤੋਂ ਸੰਘਰਸ਼ ਕਰਦੀ ਆਈ ਹੈ, ਮਾਣ ਮੱਤੇ ਸੰਘਰਸ਼ ਵੀ ਕੀਤੇ ਨੇ, ਕੁਰਸੀਆਂ ਕੁਰਸੀਆਂ ਤਾਂ ਹੁਣ ਹੀ ਲੱਗਣ ਲੱਗੀਆਂ, ਫਾਈਵ ਸਟਾਰ ਹੋਟਲਾਂ ਦੇ ਵਿੱਚ, ਕਦੇ ਗੋਆ ਦੇ ਵਿੱਚ ਜਾ ਕੇ ਮੀਟਿੰਗਾਂ ਤਾਂ ਹੁਣ ਹੋਣ ਲੱਗੀਆਂ ਨੇ, ਤਾਂ ਦਰੀਆਂ ਤੇ ਬੈਠ ਕੇ ਅਕਾਲੀ ਦਲ ਦਾ ਕੰਮ ਬੜਾ ਵਧੀਆ ਚੱਲਦਾ ਸੀ ਜੀ। ਹੁਣ ਚਲੋ ਸਿਲਸਿਲੇ ਥੋੜੇ ਜਿਹਾ ਹੋਰ ਹੋਏ ਨੇ, ਸਮਾਂ ਬਦਲਿਆ ਤੇ ਸਾਰਾ ਕੁਝ ਬਦਲ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਵਾਲੇ ਬੈਠਣਗੇ ਜੀ ਹੁਣ ਧਰਨੇ ਤੇ ਸਾਰੇ ਪੰਜਾਬ ਚ, ਮੁੱਦਾ ਕੀ ਹੋਏਗਾ? ਮੁੱਦਾ ਕਹਿੰਦੇ ਜੀ ਕਾਂਗਰਸ ਪਾਰਟੀ ਹੈ ਨਾ ਜਿਹੜੀ ਪੰਜਾਬ ਦੀ ਸਰਕਾਰ ਬਣਾ ਕੇ ਬੈਠੀ ਹੈ, ਇਹਨਾਂ ਨੇ ਤੇਲ ਦੇ ਉੱਤੇ ਟੈਕਸ ਹੀ ਇੰਨੇ ਕੁ ਕੀਤੇ ਹੋਏ ਹੈ, ਇਹਦੇ ਕਰਕੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਤੇ ਅਸੀਂ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਹਲੂਣਾ ਦੇਣਾ ਹੈ ਕਿ ਤੁਸੀਂ ਸੂਬਾ ਸਰਕਾਰ ਵੱਲੋਂ ਲਾਏ ਜਾਂਦੇ ਡੀਜ਼ਲ ਤੇ ਪੈਟਰੋਲ ਦੇ ਉੱਤੇ ਜਿਹੜੇ ਟੈਕਸ ਨੇ ਨਾ ਉਹ ਖਤਮ ਕਰ ਦਿਓ। ਗੱਲ ਅਕਾਲੀਆਂ ਦੀ ਸੱਚੀ ਹੈ, ਜੇ ਪੰਜਾਬ ਦੀ ਸਰਕਾਰ ਸਟੇਟ ਦੇ ਹਿੱਸੇ ਦੇ ਟੈਕਸ ਡੀਜ਼ਲ ਤੇ ਪੈਟਰੋਲ ਤੇ ਖਤਮ ਕਰਦਾ, ਘੱਟੋ ਘੱਟ 20-20 ਰੁਪਏ ਲੀਟਰ ਪੈਟਰੋਲ, 20 ਰੁਪਏ ਲੀਟਰ ਡੀਜ਼ਲ ਸਸਤਾ ਹੋ ਜੂਗਾ, ਇਹਦੇ ਤੋਂ ਬਾਅਦ ਹੋਰ ਕੀ ਚਾਹੀਦਾ? ਅਕਾਲੀ ਸੱਚੇ ਨੇ ਭਾਈ, ਇੱਥੇ ਉਹ ਬਿਲਕੁਲ ਠੀਕ ਕਹਿੰਦੇ ਆ, ਤੱਤ ਉਹਨਾਂ ਦੇ ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਚਲੋ ਹੁਣ ਆਪਾਂ ਦੂਸਰੇ ਪਾਸੇ ਚੱਲਦੇ ਹਾਂ। ਅਕਾਲੀਆਂ ਨੇ ਧਰਨਾ ਕਦੋਂ ਲਾਇਆ? ਜਦੋਂ ਕਾਂਗਰਸ ਵਾਲੇ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਪਹਿਲਾਂ ਹੀ ਪ੍ਰਦਰਸ਼ਨ ਕਰ ਚੁੱਕੇ ਹੈ ਕਿ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਜਿਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਨੇ, ਉਹਨਾਂ ਦੀ ਸਰਕਾਰ ਦੇ ਫੈਸਲਿਆਂ ਦੇ ਕਰਕੇ ਕਹਿੰਦੇ ਤੇਲ ਦੀਆਂ ਕੀਮਤਾਂ ਵਧੀਆਂ ਤੇ ਕਿਸਾਨ ਸਾਡਾ ਹੱਕੋ ਜਿਹੜਾ ਉਹ ਪਰੇ ਹੋ ਰਿਹਾ, ਉਹਨੂੰ ਲਾਗਤ ਵਧਾਉਣੀ ਪੈ ਰਹੀ ਹੈ ਕਿਉਂਕਿ ਡੀਜ਼ਲ ਤਾਂ ਫੂਕਣਾ ਹੀ ਪੈਂਦਾ। ਚਲੋ ਦੋਵਾਂ ਨੇ ਧਰਨੇ, ਇੱਕ ਨੇ ਦੇਤਾ ਦੂਜੇ ਨੇ ਦੇ ਦੇਣੇ ਆ। ਹੁਣ ਜਾਖੜ ਸਾਹਿਬ ਦੀ ਵਾਰੀ ਆ ਗਈ ਕਿਉਂਕਿ ਅਕਾਲੀਆਂ ਨੇ ਇਲਜ਼ਾਮ ਲਾਏ ਸੀ। ਜਾਖੜ ਸਾਹਿਬ ਕਹਿੰਦੇ ਕਿ ਦੇਖੋ ਲੋਕਤੰਤਰ ਹੈ, ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ, ਅਸੀਂ ਵੀ ਕੀਤਾ ਅਕਾਲੀ ਵੀ ਕਰਨ, ਪਰ ਉਹ ਕਹਿੰਦੇ ਦੋ ਤਿੰਨ ਸਵਾਲ ਨੇ ਬਸ, ਛੋਟੇ ਛੋਟੇ, ਅਸੀਂ ਆਪਣਿਆਂ ਦੇ ਜਵਾਬ ਦਿਆਂਗੇ, ਤੁਸੀਂ ਵੀ ਦੇ ਦਿਓ ਜਵਾਬ। ਪੁੱਛਿਆ ਕੀ ਜਾਖੜ ਸਾਹਿਬ ਨੇ, ਜਾਖੜ ਸਾਹਿਬ ਕਹਿੰਦੇ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਇਹ ਦੱਸੇ ਕਿ ਉਹ ਲੋਕਾਂ ਦਾ ਖੂਨ ਪੀਣ ਵਾਲੀ ਮੋਦੀ ਸਾਹਿਬ ਦੀ ਸਰਕਾਰ ਨਾਲ ਹੈ ਜਾਂ ਪੰਜਾਬ ਦੇ ਲੋਕਾਂ ਨਾਲ। ਜੇ ਕਹਿੰਦੇ ਮੋਦੀ ਸਾਹਿਬ ਦੀ ਸਰਕਾਰ ਨਾਲ ਹੈ ਤਾਂ ਅਕਾਲੀ ਠੀਕ ਨੇ, ਫਿਰ ਜੋ ਕਰਦੇ ਕਰੀ ਜਾਣ, ਪਰ ਜੇ ਕਹਿੰਦੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਤਾਂ ਤੇਲ ਦੇ ਮੁੱਦੇ ਤੇ, ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਤੁਰੰਤ ਅਸਤੀਫਾ ਲਿਆ ਜਾਵੇ। ਚਲੋ ਜਾਖੜ ਸਾਹਿਬ ਨੇ ਕਹਿਤਾ, ਜਾਖੜ ਸਾਹਿਬ ਨੇ ਫਿਰ ਦੋ ਤਿੰਨ ਤੱਥ ਦਿੱਤੇ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਅਸੀਂ ਇੱਕ ਨਿੱਕਾ ਪੈਸਾ ਵੀ ਤੇਲ ਤੇ ਟੈਕਸ ਨਹੀਂ ਲਾਇਆ। ਜੇ ਕਹਿੰਦੇ ਕੋਈ ਸਾਬਤ ਕਰ ਦੇਵੇ ਕਿ ਪਿਛਲੇ ਸਵਾ ਸਾਲ ਦੇ ਵਿੱਚ ਅਸੀਂ ਇੱਕ ਛੋਟਾ ਪੈਸਾ ਵੀ ਡੀਜ਼ਲ ਤੇ ਪੈਟਰੋਲ ਦੇ ਉੱਤੇ ਸੂਬਾ ਸਰਕਾਰ ਦਾ ਟੈਕਸ ਲਾਇਆ ਹੋਵੇ, ਅਸੀਂ ਜਿਹੜੀ ਮਰਜ਼ੀ ਸਜ਼ਾ ਭੁਗਤਣ ਨੂੰ ਤਿਆਰ ਹਾਂ। ਅਕਾਲੀਆਂ ਤੇ ਹਮਲਾ ਜਾਖੜ ਦਾ ਕੀ ਰਿਹਾ? ਉਹ ਕਹਿੰਦੇ ਜਿੰਨਾ ਵੀ ਸੂਬਾ ਸਰਕਾਰ ਦਾ ਟੈਕਸ ਹੈ ਤੇਲ ਤੇ ਲੱਗਾ, ਸਾਰੇ ਦਾ ਸਾਰਾ ਟੈਕਸ ਬਾਦਲ ਸਾਹਿਬ ਦੀ ਸਰਕਾਰ ਤੇ ਲੱਗਾ, ਤੇ ਹੁਣ ਕਹਿੰਦੇ ਜਿਹਨਾਂ ਨੇ ਟੈਕਸ ਲਾਇਆ ਉਹੀ ਉਸ ਟੈਕਸ ਦੇ ਕਰਕੇ ਸਾਡੀ ਸਰਕਾਰ ਨੂੰ ਘੇਰਨ ਨੂੰ ਫਿਰਦੇ ਆ, ਐਵੇਂ ਲੋਕਾਂ ਨੂੰ ਬਹੁਤੇ ਮੂਰਖ ਨਾ ਸਮਝੋ, ਲੋਕਾਂ ਨੂੰ ਸਭ ਪਤਾ। ਜਾਖੜ ਸਾਹਿਬ ਨੇ ਅਗਲੀ ਗੱਲ ਕਰਤੀ, ਉਹ ਕਹਿੰਦੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਉਹਨਾਂ ਨੇ 9 ਵਾਰੀ ਕੇਂਦਰੀ ਪੂਲ ਦੇ ਟੈਕਸ ਡੀਜ਼ਲ ਤੇ ਪੈਟਰੋਲ ਤੇ ਵਧਾਏ ਆ, 9 ਵਾਰੀ ਦਾ ਭਾਵ ਹਰ 5 ਮਹੀਨੇ ਕਹਿੰਦੇ ਟੈਕਸ ਵਧਾ ਦਿੰਦੇ ਆ, ਤੇ ਹੁਣ ਉਹ ਕਹਿੰਦੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਕੱਚੇ ਮਾਲ ਦੀਆਂ ਕੀਮਤਾਂ ਘੱਟ ਸੀ ਤੇ ਨਾਲ ਦੀ ਨਾਲ ਕੱਚੇ ਮਾਲ ਦੀਆਂ ਕੀਮਤਾਂ ਕਹਿੰਦੇ ਵੱਧ ਸੀ ਤੇ ਡੀਜ਼ਲ ਸਸਤਾ ਸੀ। ਹੁਣ ਕਹਿੰਦੇ ਜਿਹੜਾ ਰਾ ਮਟੀਰੀਅਲ ਅਸੀਂ ਖਰੀਦੇ ਮੋਦੀ ਸਾਹਿਬ ਦੀ ਸਰਕਾਰ ਚ ਉਹਦੀਆਂ ਕੀਮਤਾਂ ਘੱਟ ਗਈਆਂ ਤੇ ਡੀਜ਼ਲ ਦੀਆਂ ਕੀਮਤਾਂ ਇਹਨਾਂ ਨੇ ਚੱਕ ਦਿੱਤੀਆਂ। ਸੋ ਕੁੱਲ ਮਿਲਾ ਕੇ ਇੱਕ ਪਾਸੇ ਅਕਾਲੀਆਂ ਨੇ ਭਲਕੇ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਨੂੰ ਤੇਲ ਦੇ ਮੁੱਦੇ ਤੇ ਘੇਰਨਾ, ਤੇ ਦੂਜੇ ਪਾਸੇ ਜਾਖੜ ਸਾਹਿਬ ਨੇ ਉਹ ਧਰਨੇ ਲੱਗਣ ਤੋਂ ਪਹਿਲਾਂ ਪਹਿਲਾਂ ਪੱਤਰਕਾਰ ਭਾਈਚਾਰੇ ਨੂੰ ਇੰਨਾ ਕੁ ਮਸਾਲਾ, ਇੰਨੇ ਕੁ ਤੱਥ ਜਿਹੜੇ ਦੇ ਦਿੱਤੇ ਹੈ ਕਿ ਜੇ ਕਿਸੇ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੱਤਰਕਾਰਾਂ ਨਾਲ ਗੱਲਬਾਤ, ਸਵਾਲ ਜਵਾਬ ਕਰਨ ਦਾ ਯਤਨ ਕੀਤਾ, ਇਹਨਾਂ ਮੁੱਦਿਆਂ ਤੇ ਘਿਰ ਵੀ ਸਕਦੇ ਹੈ ਜੀ। ਤੇ ਹੁਣ ਮੂੰਗੀ ਦੇ ਕਾਸ਼ਤਕਾਰ ਵੀ ਹੈ ਜੀ, ਰੋਣ ਹੱਕੇ ਹੋਏ ਬੈਠੇ ਆ। ਸੁਖਨੈਬ ਜੀ ਦੇਖੋ ਕਿਸਾਨ ਦਾ ਹੈਗਾ ਤਾਂ ਔਖਾ, ਕਣਕ ਝੋਨੇ ਦਾ ਫਸਲੀ ਚੱਕਰ ਹੈ, ਖੇਤੀਬਾੜੀ ਮਾਹਿਰ ਨੇ ਵੀ ਸਲਾਹਾਂ ਦੇ ਦੇਣੀਆਂ, ਲੀਡਰ ਨੇ ਵੀ ਸਲਾਹਾਂ ਦੇ ਦੇਣੀਆਂ, ਮੰਤਰੀ ਨੇ ਵੀ ਸਲਾਹਾਂ ਦੇ ਦੇਣੀਆਂ, ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਵੀ ਸਲਾਹਾਂ ਦੇਣੀਆਂ, ਮੇਰੇ ਵਰਗੇ ਬੰਦੇ ਨੇ ਵੀ ਸਲਾਹਾਂ ਦੇ ਦੇਣੀਆਂ, ਜਿਹਨੂੰ ਇਹ ਨਹੀਂ ਪਤਾ ਕਿ ਭਾਈ ਪੰਜਾਬ ਦੇ ਵਿੱਚ ਕਣਕ ਕਿਹੜੇ ਮਹੀਨੇ ਬੀਜੀ ਜਾਂਦੀ ਹੈ ਤੇ ਝੋਨੇ ਦੀ ਪਨੀਰੀ ਕਦੋਂ ਲੱਗਦੀ ਹੈ। ਸਲਾਹਾਂ ਇਹ ਦੇਣੀਆਂ ਜੀ, ਕਣਕ ਝੋਨੇ ਦਾ ਫਸਲੀ ਚੱਕਰ ਬਹੁਤ ਮਾੜਾ, ਇਹਦੇ ਵਿੱਚੋਂ ਬਾਹਰ ਆਓ। ਸਲਾਹਾਂ ਸੱਚੀਆਂ ਨੇ, ਬਿਲਕੁਲ ਸੱਚੀ ਗੱਲ ਹੈ, ਪਰ ਅਲਟਰਨੇਟਿਵ ਦੇ ਰੂਪ ਦੇ ਵਿੱਚ 3 ਚੀਜ਼ਾਂ ਦੇ ਉੱਤੇ ਆਪਾਂ ਪਹਿਲਾਂ ਵੀ ਚਰਚਾ ਕੀਤੀ, ਇੱਕ ਗੰਨਾ, ਦੂਜਾ ਨਰਮਾ, ਤੀਜੀਆਂ ਦਾਲਾਂ ਵਰਗੀਆਂ ਕੁਝ ਹੋਰ ਫਸਲਾਂ। ਹੁਣ ਗੰਨੇ ਦੇ ਪੈਸੇ ਤਾਂ ਸਾਲ ਸਾਲ ਨਹੀਂ ਮਿਲਦੇ ਕਿਸਾਨਾਂ ਨੂੰ, ਸਾਲ ਦੀ ਫਸਲ ਹੈ, ਤੇ ਜੇ ਗੰਨੇ ਦੇ ਪੈਸੇ ਹੀ ਨਹੀਂ ਮਿਲਦੇ
ਫਿਰ ਗੱਲ ਕਿੱਧਰ ਨੂੰ ਚੱਲੂ। ਹੁਣ ਨਰਮਾ ਕੈਪਟਨ ਸਾਹਿਬ ਨੇ ਪਿਛਲੇ ਸਾਲ ਕਿਹਾ ਸੀ ਪੰਜਾਬ ਦੇ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਨਰਮਾ ਬੀਜੋ ਬਈ, ਨਰਮਾ ਲੋਕਾਂ ਨੇ ਬਹੁਤ ਬੀਜਿਆ, ਨਰਮੇ ਦੇ ਪੈਸੇ ਨੀ ਪੂਰੇ ਵੱਟੇ ਗਏ। ਐਤਕੀ ਕੈਪਟਨ ਸਾਹਿਬ ਦੀਆਂ ਬੇਨਤੀਆਂ ਦੇ ਬਾਵਜੂਦ ਨਰਮੇ ਦੀ ਕਾਸ਼ਤ 1,00,000 ਹੈਕਟੇਅਰ ਘੱਟ ਗਈ ਪਹਿਲਾਂ ਨਾਲੋਂ। ਤੇ ਜਦੋਂ ਨਰਮੇ ਦੀ ਕਾਸ਼ਤ ਘੱਟ ਗਈ ਤੇ ਬਹੁਤੇ ਲੋਕਾਂ ਨੇ ਕੁਝ ਹੋਰ ਬੀਜਣਾ ਸ਼ੁਰੂ ਕਰਤਾ। ਮੈਂ ਇਹਦੇ ਤੋਂ ਪਹਿਲਾਂ ਵੀ ਦੱਸਦੇ ਹਾਂ ਕਿ ਐਤਕੀ ਕੁਝ ਇੱਕ ਥਾਵਾਂ ਤੇ ਪੈਰਾਬੈਲਟ ਨਾਂ ਦੀ ਬਿਮਾਰੀ ਜਿਹੜੀ ਹੈ ਉਹ ਨਰਮੇ ਨੂੰ ਪੈਣ ਲੱਗ ਪਈ, ਖਾਸ ਤੌਰ ਤੇ ਤਲਵੰਡੀ ਸਾਬੋ ਤੇ ਆਸ ਪਾਸ ਦੇ ਇਲਾਕਿਆਂ ਚ। 1,000 ਏਕੜ ਦੇ ਰਕਬੇ ਦੇ ਬਾਬਤ ਖ਼ਬਰਾਂ ਪ੍ਰਾਪਤ ਹੋਈਆਂ ਕਿ ਉੱਥੇ ਪੈਰਾਬੈਲਟ ਨਾਂ ਦੀ ਬਿਮਾਰੀ ਦੇ ਕਰਕੇ ਨਰਮੇ ਦੇ ਪੱਲੇ ਬਹੁਤ ਘੱਟ ਚੀਜ਼ਾਂ ਬਚੀਆਂ, ਕੰਮ ਖਰਾਬ ਹੋਣ ਲੱਗ ਪਿਆ। ਕਿਸਾਨ ਵਿਚਾਰੇ ਹੱਕੇ ਬੱਕੇ ਨੇ ਕਿ ਇਹ ਕੀ ਹੋ ਗਿਆ, ਸਾਡੇ ਪੱਲੇ ਕੀ ਰਹੂਗਾ। ਦੂਜੇ ਪਾਸੇ ਕਈ ਜਿਹੜੇ ਕਿਸਾਨ ਨੇ ਉਹਨਾਂ ਨੇ ਨਰਮਾ ਵੀ ਛੱਡ ਦਿੱਤਾ, ਝੋਨਾ ਵੀ ਛੱਡ ਦਿੱਤਾ, ਕਹਿੰਦੇ ਆਪਾਂ ਹੋਰ ਕਿਸੇ ਬਦਲਵੀ ਫਸਲ ਦਾ ਪ੍ਰਬੰਧ ਕਰਦੇ ਹਾਂ, ਮੂੰਗੀ ਵੱਲ ਉਡਾਰੀ ਭਰ ਲਈ। ਜਦੋਂ ਮੂੰਗੀ ਵੱਲ ਉਡਾਰੀ ਭਰ ਲਈ ਤਾਂ ਜਿਹੜੀ ਚਿੱਟੀ ਮੱਖੀ ਨੇ ਕੁਝ ਵਰੇ ਪਹਿਲਾਂ ਨਰਮਾ ਉਤਪਾਦਕ ਕਿਸਾਨਾਂ ਦੀਆਂ ਉਮੀਦਾਂ ਸੱਧਰਾਂ ਸਾਰਾ ਕੁਝ ਰੋਲ ਕੇ ਰੱਖ ਦਿੱਤਾ ਸੀ, ਐਤਕੀ ਮੂੰਗੀ ਚੱਟਣ ਆ ਗਈ ਚਿੱਟੀ ਮੱਖੀ। ਹੁਣ ਕਈ ਕਿਸਾਨਾਂ ਨੇ ਕਹਿਤਾ ਕਿ ਸਾਡੀ ਮੂੰਗੀ ਜਿਹੜੀ ਹੈ ਫਲੀਆਂ ਤਾਂ ਲੱਗ ਗਈਆਂ ਪਰ ਫਲੀਆਂ ਦੇ ਵਿੱਚ ਮੂੰਗੀ ਦਾ ਦਾਣਾ ਸੁੱਕ ਰਿਹਾ, ਕਿਉਂਕਿ ਅਜੀਬ ਕਿਸਮ ਦੀ ਇੱਕ ਬਿਮਾਰੀ ਲੱਗ ਗਈ ਤੇ ਉਸ ਬਿਮਾਰੀ ਨੂੰ ਚਿੱਟੀ ਮੱਖੀ ਕਹਿੰਦੇ ਆ। ਹੁਣ ਚਿੱਟੀ ਮੱਖੀ ਨੇ ਜਦੋਂ ਮੂੰਗੀ ਦੇ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ, ਨਰਮੇ ਨੂੰ ਪੈਰਾਬੈਲਟ ਦੀ ਬਿਮਾਰੀ ਪੈਣ ਲੱਗ ਪਈ, ਕਿਸਾਨਾਂ ਨੇ ਪਾਈ ਔਖੇ ਤਾਂ ਆਪੇ ਹੀ ਹੋਣਾ। ਖੇਤੀਬਾੜੀ ਅਫਸਰ ਕਹਿੰਦੇ ਆ ਘਬਰਾਓ ਨਾ, ਅਸੀਂ ਬਿਨਾਂ ਸਪਰੇ ਤੋਂ ਨਿਰੀਖਣ ਕਰਕੇ ਤੁਹਾਨੂੰ ਦੱਸ ਦਿੰਦਾ, ਤੁਸੀਂ ਓੜ ਪੋੜ ਕਰ ਲਿਓ ਤੇ ਜਿਹੜੇ ਤੁਸੀਂ ਓੜ ਪੋੜ ਕਰਾਂਗੇ ਉਹਦੇ ਨਾਲ ਚਿੱਟੀ ਮੱਖੀ ਜਿਹੜੀ ਓੜ ਪੁੱਟ ਜਾਊ। ਪਰ ਹੁਣ ਕੁਝ ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੇ ਦਿਨਾਂ ਦੇ ਵਿੱਚ ਕਿਹਾ ਸੀ ਮੂੰਗੀ ਬੀਜੋ ਅਸੀਂ ਉਦੋਂ ਬੀਜੀ, ਜਿਹੜੇ ਖੇਤੀਬਾੜੀ ਵਿਭਾਗ ਨੇ ਸਰਕਾਰੀ ਦਫ਼ਤਰ ਦੇ ਵਿੱਚੋਂ ਬੀਜ ਸਾਨੂੰ ਵੇਚਿਆ ਸੀ ਉਹ ਖਰੀਦਿਆ, ਜਿਹੜਾ ਵੀ ਢੰਗ ਤਰੀਕਾ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਸੀ ਕਿ ਮੂੰਗੀ ਲਈ ਵਰਤੋਂ ਅਸੀਂ ਸਾਰਾ ਵਰਤਿਆ, ਇਹਦੇ ਬਾਵਜੂਦ ਵੀ ਉਹ ਜੇ ਕਹਿੰਦੇ ਸਾਡੀ ਮੂੰਗੀ ਦੀ ਫਸਲ ਬਿਲਕੁਲ ਤਬਾਹ ਹੋ ਗਈ ਤਾਂ ਸਾਡੇ ਪੱਲੇ ਕੀ ਬਚੂਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਰਾਹ ਥੋੜਾ ਜਿਹਾ ਹੋਰ ਮੁਸ਼ਕਿਲ ਹੋ ਸਕਦਾ। ਵੇਖਦੇ ਹਾਂ ਕਿ ਸਰਕਾਰਾਂ ਜਾਗਦੀਆਂ ਜਾਂ ਅਜੇ ਤੱਕ ਕੁੰਭਕਰਨੀ ਨੀਂਦ ਸੁੱਤੀਆਂ ਰਹਿੰਦੀਆਂ ਨੇ। ਤੇ ਜਦੋਂ ਤਾਜਪੋਸ਼ੀ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਜਾਂ ਉਹਨਾਂ ਨੇ ਕਰਵਾਈ ਸੀ ਬਠਿੰਡੇ ਦੇ ਵਿੱਚ ਤੇ ਹੱਥ 'ਚ ਗੁਟਕਾ ਚੱਕ ਲਿਆ ਸੀ ਕਿ ਸਰਕਾਰ ਆਉਣ ਤੇ ਜੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਪਰ ਹੁਣ ਜਿੰਨੀਆਂ ਕੁ ਮੌਤਾਂ ਹੋ ਰਹੀਆਂ ਜੀ ਇਹ ਤਾਂ ਗਲੇ ਦੀ ਹੱਡੀ ਬਣ ਜਾਣਾ ਮਾਮਲਾ। ਸੁਖਨਾਬ ਜੀ ਕੋਈ ਵੱਡਾ ਮਸਲਾ ਨੀ, ਜੇ ਆਪਾਂ ਕਹੀਏ ਨਾ ਕਿ ਸਮਝ ਨੀ ਆਉਂਦਾ, ਸਾਰਾ ਕੁਝ ਬਿਲਕੁਲ ਅੱਖਾਂ ਦੇ ਸਾਹਮਣੇ ਹੈ। ਦੇਖੋ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਹੁੰਦਾ ਜੀ ਖਬਰ ਬਹੁਤ ਚਿੱਥੀ ਗਈ, 2.5 ਸਾਲ ਹੋ ਗਿਆ ਸੁਣੀ ਜਾਂਦੇ ਆ। ਬਿਲਕੁਲ ਠੀਕ ਹੈ, 2-2.5 ਸਾਲ ਹੋ ਗਿਆ ਪੰਜਾਬ ਚ ਨਸ਼ਿਆਂ ਦਾ ਮਸਲਾ ਬਹੁਤ ਚਰਮ ਸੀਮਾ ਦੇ ਉੱਤੇ ਅਪੜਿਆ ਹੋਇਆ, ਪਰ ਦੂਜੇ ਪਾਸੇ ਖਬਰਾਂ ਤਾਂ ਬੰਦ ਹੋਣ ਨਾ ਜੇ ਮਸਲਾ ਖਤਮ ਹੋ ਜਾਏ, ਲੋਕਾਂ ਦੀ ਸਮੱਸਿਆ ਖਤਮ ਹੋ ਜਾਏ। ਸੁਖਨਾਬ ਜੀ ਅੱਜ ਤੋਂ ਸ਼ੁਰੂ ਹੋ ਕੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਚੱਲਣਾ ਜੀ। ਅੱਜ ਸੋਸ਼ਲ ਮੀਡੀਆ ਦੇ ਉੱਤੇ ਮਾਝੇ ਦੇ ਇੱਕ ਪਿੰਡ ਦੀ ਵੀਡੀਓ ਹੈ, ਉਹਦੇ ਵਿੱਚ ਪਿੰਡ ਦੇ ਕੁਝ ਇੱਕ ਨੌਜਵਾਨ ਇੱਕ ਬਜ਼ੁਰਗ ਜੋੜੇ ਨੂੰ ਲੋਕਾਂ ਦੇ ਸਾਹਮਣੇ ਕਰਦੇ ਆ ਜੀ। ਉਹ ਬਜ਼ੁਰਗ ਜੋੜਾ ਜਿਹੜਾ, ਦੇਖੋ ਉਹਦੀ ਤ੍ਰਾਸਦੀ ਦੇਖੋ ਸਾਡੇ ਪੰਜਾਬ ਦੀ ਕੀ ਹੈ। ਬਜ਼ੁਰਗ ਜੋੜੇ ਨੇ ਚਿੱਟੀ ਦਾੜੀ ਹੈ ਬੰਦੇ ਦੀ, ਬਜ਼ੁਰਗ ਭਰਾ ਦੀ, ਜਿਹੜੇ ਅੰਕਲ ਨੇ ਉਹ ਤਾਏ ਚਾਚੇ ਸਾਡੇ ਜੋ ਵੀ ਲੱਗਦੇ ਆ ਸਾਰਿਆਂ ਦੇ, ਉਹ ਅੰਕਲ ਕੀ ਕਹਿੰਦੇ ਆ, ਬਜ਼ੁਰਗ ਕੀ ਕਹਿੰਦੇ ਆ, ਤਾਇਆ ਜੀ ਚਾਚਾ ਜੀ ਜੋ ਵੀ ਕਹਿ ਲਈਏ, ਉਹ ਕਹਿੰਦੇ ਜੀ ਮੇਰਾ ਮੁੰਡਾ ਅਮਲੀ ਆ। ਦੇਖੋ ਆਪਣੇ ਹੱਥੀ ਪਾਲੀ ਸੰਤਾਨ ਨੂੰ ਜਦੋਂ ਅਸੀਂ ਦੁਨੀਆਂ ਦੇ ਸਾਹਮਣੇ ਆ ਕੇ ਇਹ ਕਹਿਣ ਦੇ ਲਈ ਮਜਬੂਰ ਹੁੰਦੇ ਹਾਂ ਨਾ ਕਿ ਸਾਡਾ ਪੁੱਤ ਅਮਲੀ ਆ, ਇਹਦਾ ਮਤਲਬ ਹੈ ਕਿ ਉਹ ਸਾਰੇ ਪੱਥਰ ਚੱਟ ਕੇ ਮੁੜੇ ਆ, ਉਹਨਾਂ ਨੇ ਆਪਣਾ ਹਰ ਸੰਭਵ ਯਤਨ ਕੀਤਾ ਹੋਵੇਗਾ, ਪਰ ਇਹਦੇ ਬਾਵਜੂਦ ਵੀ ਮੁੰਡਾ ਅਮਲ ਖਾਂਦਾ ਹੈ ਤੇ ਅਮਲ ਵਿਕਦਾ, ਅਮਲ ਉਪਲਬਧ ਆ। ਉਹ ਕਹਿੰਦੇ ਕੀ ਆ, ਕਹਿੰਦੇ ਜੀ ਦੇਖੋ ਹਾਲਤ ਸਾਡੀ ਇੰਨੀ ਬੁਰੀ ਆ, 1.5 ਕਿੱਲੇ ਦਾ ਉਹ ਮਾਲਕ ਹੈ, ਖੇਤੀ ਕਰਦਾ ਹੈ, ਨਾਲ ਰੰਗ ਦਾ ਕੰਮ ਕਰਦਾ, ਕਾਹਦੇ ਲਈ ਕਰਦਾ, ਕਹਿੰਦੇ ਜੀ ਮੁੰਡਾ ਸਵੇਰ ਨੂੰ 500 ਰੁਪਈਆ ਮੰਗਦਾ ਰੋਜ਼ ਨਸ਼ਾ ਖਾਣ ਨੂੰ, 500 ਰੁਪਈਆ ਮੰਗਦਾ ਤੇ ਜੇ ਨਹੀਂ ਦਿੰਦੇ, ਉਹ ਕਹਿੰਦੇ ਆ ਦੇਖ ਲਓ ਘਰ ਦਾ ਜਿਹੜਾ ਓਟਾ ਹੁੰਦਾ ਆਪਾਂ ਰੋਟੀਆਂ ਪਕਾਉਣ ਨੂੰ ਬਣਾਇਆ ਹੁੰਦਾ, ਉਹ ਕਹਿੰਦੇ ਇਹਦੀਆਂ ਇੱਟਾਂ ਵੀ ਢਾਤੀਆਂ, ਇੱਥੋਂ ਤੱਕ ਕਿ ਸੀਮੈਂਟ ਵੀ ਤੋੜਨ ਲੱਗ ਪੈਂਦਾ, ਉਹਦਾ ਦਿਮਾਗ ਇੰਨਾ ਖਰਾਬ ਹੋ ਜਾਂਦਾ। ਸੁਖਨਾਬ ਜੀ ਹਾਲਾਤ ਇੰਨੇ ਖਰਾਬ, ਉਹ ਕਹਿੰਦੇ ਪੱਖੇ ਵੀ ਵੇਚਿਆ ਆ, ਘਰ ਦੇ ਵਿੱਚੋਂ ਟੀਵੀ ਵੀ ਵੇਚਿਆ, ਟੀਵੀ ਟਰਾਲੀ ਵੀ ਵੇਚਿਆ, ਘਰ 'ਚ ਜਿਹੜੀਆਂ ਰਾਤ ਨੂੰ ਜਗਾਉਣ ਵਾਲੀਆਂ ਬੈਟਰੀਆਂ ਹੁੰਦੀਆਂ ਉਹ ਵੀ ਤੱਕ ਵੇਚ ਦਿੱਤੀਆਂ। ਸੁਖਨਾਬ ਜੀ ਆਂਡੀਆਂ ਗੁਆਂਢੀਆਂ ਵੀ ਦੱਸਿਆ, ਉਹ ਕਹਿੰਦੇ ਕਿ ਆਟਾ ਵੀ ਇਹ ਜਦੋਂ ਪਸਾ ਕੇ ਲਿਆਉਂਦੇ ਆਪਣੇ ਘਰ ਨੀ ਰੱਖਦੇ, ਸਾਡੇ ਘਰਾਂ 'ਚ ਰੱਖਦੇ ਆ, ਜਿੰਨੀਆਂ ਰੋਟੀਆਂ ਪਕਾਉਣੀਆਂ ਹੁੰਦੀਆਂ ਡੱਬੇ 'ਚ ਪਾ ਕੇ ਉਨਾ ਆਟਾ ਲੈ ਕੇ ਜਾਂਦੇ, ਕਿਉਂਕਿ ਮੁੰਡਾ ਆਟਾ ਵੀ ਵੇਚ ਦਿੰਦਾ। ਸੁਖਨਾਬ ਜੀ ਉਹ ਕਹਿੰਦੇ ਕਿ ਕਦੇ ਅਸੀਂ 1 ਕਿੱਲੋ ਖੰਡ ਨਹੀਂ ਇਕੱਠੀ ਲਿਆਂਦੀ, ਮੁੰਡਾ ਖੰਡ ਵੀ ਵੇਚ ਦਿੰਦਾ, ਇਸ ਕਰਕੇ
ਪੰਜਾਂ ਦਸਾਂ ਰੁਪਈਆਂ ਦੀ ਉੱਨੀ ਕੁ ਖੰਡ ਲਿਆਈਦੀ ਆ ਜਿੰਨੀ ਕੁ ਰੋਜ਼ ਲੋੜ ਹੋਵੇ। ਤੇ ਸੁਖਨੈਬ ਜੀ, ਜਦੋਂ ਇੱਕੋ ਮਿਹਨਤ ਕਸ਼ ਇਨਸਾਨ ਜਿਹੜਾ ਆਪਣੇ ਖੇਤ ਦੇ ਵਿੱਚ ਕੰਮ ਕਰ ਵੀ ਕਰਦਾ, ਖੇਤੀ ਵੀ ਕਰਦਾ, ਮੁੜ ਕੇ ਰੰਗ ਵੀ ਕਰਨ ਜਾਂਦਾ ਲੋਕਾਂ ਦੇ ਘਰਾਂ ਦੇ ਵਿੱਚ ਕਿ ਭਾਈ ਚਾਰ ਪੈਸੇ ਬਚ ਜਾਣ, ਜਦੋਂ ਉਹ ਬੰਦਾ ਕਹਿੰਦਾ ਜੀ ਸਾਡਾ ਮੁੰਡਾ ਸਾਨੂੰ ਕੁੱਟਦਾ ਮਾਰਦਾ ਵੀ ਬਹੁਤ ਹੈ, ਬਹੁਤ ਔਖਾ ਹੋ ਗਿਆ, ਉਸ ਬਜ਼ੁਰਗ ਜੋੜੇ ਦਾ ਜਿਹੜਾ ਚਿਹਰਾ ਸੀ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵਗਦੇ ਅੱਥਰੂ, ਉਸ ਬਜ਼ੁਰਗ ਮਾਂ ਤੋਂ ਜਦੋਂ ਗੱਚ ਭਰ ਆਉਂਦਾ ਸੀ, ਗੱਲ ਨਹੀਂ ਸੀ ਕੀਤੀ ਜਾਂਦੀ, ਰੋਣ ਲੱਗ ਪਈ ਸੀ, ਉਸ ਦਿਨ ਮੈਨੂੰ ਲੱਗਦਾ ਸੀ ਕਿ ਭਾਈ ਇਹ ਇੱਕ ਮਾਂ ਥੋੜੀ ਰੋਂਦੀ ਹੈ, ਸਾਰਾ ਪੰਜਾਬ ਰੋਂਦਾ। ਤੇ ਇਸ ਰੋਂਦੇ ਹੋਏ ਪੰਜਾਬ ਦੀਆਂ ਅੱਖਾਂ ਜਿਹਨਾਂ ਨੇ ਪੂੰਝਣੀਆਂ ਸਾਡੇ ਸਿਆਸਤਦਾਨ ਭਾਵੇਂ ਵਿਰੋਧੀ ਧਿਰਾਂ ਦੇ ਵਿੱਚ ਤੇ ਭਾਵੇਂ ਸੱਤਾਧਾਰੀ ਧਿਰਾਂ ਦੇ ਵਿੱਚ ਨੇ, ਕਦੋਂ ਜਾਗਣਗੇ ਭਾਈ? ਹੁਣ ਪਿਛਲੇ ਦਿਨਾਂ 'ਚ ਆ ਦੋ ਜਿਹੜੇ ਮੁੰਡੇ ਮਾਰੇ ਗਏ ਸੀ, ਦੋ ਮੁੰਡੇ ਆਮ ਆਦਮੀ ਪਾਰਟੀ ਦੇ ਸ਼ੇਟਾ ਦਾ, ਇੱਕ ਬਲਾਕ ਦਾ ਪ੍ਰਧਾਨ, ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ, ਉਹਦਾ ਪੁੱਤ ਜਿਹਦੀ ਧਰਮ ਪਤਨੀ 8 ਮਹੀਨੇ ਪਹਿਲਾਂ ਨਿਊਜ਼ੀਲੈਂਡ ਗਈ ਆਪਣੀ ਤਿਆਰੀ ਕਰਕੇ ਬੈਠਾ, ਮਾਂ ਦਾ ਆਪਰੇਸ਼ਨ ਹੁੰਦਾ, ਮਾਂ ਪੇਕਿਆਂ ਦੀ ਜਾਂਦੀ ਆ, ਬਾਪੂ ਲੈਣ ਚਲੇ ਜਾਂਦਾ, ਮਗਰ ਇੱਕ ਦੋਸਤ ਨੂੰ ਸੱਤ ਲੈਂਦਾ ਨਸ਼ੇ ਦੀ ਓਵਰਡੋਜ਼, ਸੀ ਦੋਵੇਂ ਮਾਰੇ ਗਏ, ਲੱਭੇ ਕੀ ਵਿੱਚੋਂ, ਕੱਖ ਨੀ ਲੱਭਦਾ। ਇਹਦੇ ਤੋਂ ਇਲਾਵਾ ਆਪਾਂ ਕਈ ਵਾਰ ਜ਼ਿਕਰ ਕੀਤਾ, ਮੈਂ ਫੇਰ ਕਰ ਦੇਣਾ, ਇਹ ਪੰਜਾਬ ਦੇ ਹਾਲਾਤ ਨੇ, ਅਸਲੀਅਤ ਹੈ। ਆ ਮੁੰਡਾ ਪਿਛਲੇ ਦਿਨੀ ਉਸ ਥਾਂ ਤੋਂ ਇੱਕ ਪਿੰਡ ਦੇ ਵਿੱਚੋਂ ਨਹੀਂ ਲੱਭਾ ਜਿੱਥੇ ਕੂੜਾ ਕਰਕਟ ਸੁੱਟਦੇ ਸੀ, ਜਿੱਧਰਲੇ ਪਾਸੇ ਨੂੰ ਕੋਈ ਤੁਰਿਆ ਜਾਂਦਾ ਵੇਖਦਾ ਤੱਕ ਨੀ, ਉਸ ਮੁੰਡੇ ਨੂੰ ਨਾੜ ਦੇ ਵਿੱਚੋਂ ਟੀਕਾ ਕੱਢਣ ਤੱਕ ਦਾ ਸਮਾਂ ਨੀ ਲੱਗਾ, ਓਵਰਡੋਜ਼ ਹੋ ਗਈ, ਕੰਮ ਚੱਲ ਗਿਆ ਉਹਦਾ ਉੱਥੇ ਹੀ। ਮਾਂ ਦੁਹੱਥੜੀਆਂ ਮਾਰਦੀ ਹੈ, ਉਸ ਮਾਂ ਦੇ ਦਿਲ ਦੇ ਉੱਤੇ ਕੀ ਬੀਤੀ ਹੋਏਗੀ ਭਾਈ? ਛੋਟੇ ਨੂੰ ਵੱਡਾ ਕੀਤਾ, ਵੱਡਾ ਹੋ ਗਿਆ, ਕੰਮ ਕੀਤਾ, ਪਿੱਠੂ ਪਿੱਠ ਦੇ ਉੱਤੇ ਲੱਗਾ, ਆਕੜਿਆ ਪਿਆ। ਉਹ ਸਾਰੇ ਪੰਜਾਬ ਦੇ ਬੈਨ ਨੇ, ਪਰ ਸਾਡੇ ਲੀਡਰ, ਅਸੀਂ 4 ਮਹੀਨਿਆਂ ਚ ਲੱਕ ਤੋੜ ਦਿਆਂਗੇ, ਅਸੀਂ ਲੱਤ ਤੋੜ ਦਿਆਂਗੇ, ਅਸੀਂ ਰੀੜ ਦੀ ਹੱਡੀ ਕੱਢ ਕੇ ਬਾਹਰ ਸੁੱਟ ਦਿਆਂਗੇ। ਆ ਪਿਛਲੇ ਵੀ ਕਹਿੰਦੇ ਸੀ ਕੁਝ ਨੀ ਹੈਗਾ ਪੰਜਾਬ ਚ, ਹੁਣ ਕਿਤੇ ਕਪਤਾਨ ਨੇ ਆਪ ਆ ਕੇ ਕਰ ਦਿੱਤਾ, ਪਰ ਕਪਤਾਨ ਤੋਂ ਰੋਕਿਆ ਵੀ ਨੀ ਗਿਆ, ਇਹ ਵੀ ਗੱਲ ਪੱਕੀ ਹੈ। ਸੋ ਕੁੱਲ ਮਿਲਾ ਕੇ ਲਗਾਤਾਰ ਜਿੱਦਾਂ ਦੀਆਂ ਖਬਰਾਂ ਨਸ਼ਿਆਂ ਦੇ ਮੁੱਦੇ ਤੇ ਸਾਹਮਣੇ ਆ ਰਹੀਆਂ, ਪੰਜਾਬ ਦੀ ਸਰਕਾਰ ਨੂੰ ਸੁਹਿਰਦ ਸਖ਼ਤ ਫੈਸਲੇ ਲੈਣੇ ਪੈਣਗੇ, ਨਹੀਂ ਤਾਂ ਕੰਮ ਨਸ਼ਿਆਂ ਵਾਲੇ ਪੱਖ ਤੋਂ ਔਖਾ ਹੁੰਦਾ ਜਾਂਦਾ। ਜੀ ਮਾਰ ਸਾਹਿਬ, ਇੱਕ ਬ੍ਰੇਕ ਲੈ ਲਈਏ ਜੀ ਆਪਾਂ ਛੋਟੀ ਜੀ, ਫਿਰ ਅਗਲੀ ਗੱਲ ਕਰਦੇ ਹਾਂ। ਜੀ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਕਰਦੇ ਹਾਂ। ਤੇ ਵਟਸਐਪ ਬਲਵੰਤ ਸਿੰਘ ਰਾਮੂ ਬਾਲੀਆ ਹੋ ਰਹੇ ਫੇਰ ਚਰਚਾ ਚ, ਕਹਿੰਦੇ ਲੋਕ ਭਲਾਈ ਕਰਨੀ ਹੈ। ਮੈਂ ਤਾਂ ਸੁਖਨੈਬ ਜੀ, ਲੋਕ ਭਲਾਈ ਦੇਖੋ ਬੜਾ ਵੱਡਾ ਪੰਜਾਬ ਦੇ ਲਈ ਘਾਟਾ ਸੀ, ਜਿੰਨੀ ਕੁ ਦੇਰ ਯੂਪੀ ਚ ਜਾ ਕੇ ਲੋਕ ਭਲਾਈ ਕਰਦੇ ਰਹੇ, ਪੰਜਾਬ ਚ ਕੋਈ ਲੋਕ ਭਲਾਈ ਕਰਨ ਵਾਲਾ ਬਚਿਆ ਨੀ ਸੀ। ਜੀ ਚੰਗਾ ਹੋ ਗਿਆ ਬਲਵੰਤ ਸਿੰਘ ਰਾਮੂ ਵਾਲੀਆ ਸਾਹਿਬ ਵਾਪਸ ਆਏ ਆ, ਕਿਉਂਕਿ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਚੰਗਾ ਭਾਸ਼ਣ ਕਰਦੇ ਸੀ, ਮਨਪ੍ਰੀਤ ਬਾਦਲ ਚੰਗਾ ਭਾਸ਼ਣ ਕਰਦਾ ਸੀ, ਭਗਵੰਤ ਮਾਨ ਚੰਗਾ ਭਾਸ਼ਣ ਕਰਦੇ, ਸਾਰੇ ਬੰਦੇ ਹੁਣ ਵੀ ਕਰਦੇ ਆ, ਪਰ ਭਗਵੰਤ ਮਾਨ ਨੂੰ ਰੀਚੁੱਪ ਹੋ ਗਿਆ। ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਸਰਕਾਰ ਚ ਆ, ਜਦੋਂ ਸਰਕਾਰ ਚ ਹੋ ਜਾਂਦਾ ਬੰਦੇ ਦੇ ਅੱਧੇ ਦੰਦ ਉਦੀ ਖੱਟੇ ਹੋ ਜਾਂਦੇ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿਸੇ ਵਧੀਆ ਭਾਸ਼ਣ ਕਰਨ ਵਾਲੇ ਦੀ ਬਹੁਤ ਵੱਡੀ ਕਮੀ ਖਲ ਰਹੀ ਸੀ, ਜਿਹੜਾ ਕਿ ਲੋਕਾਂ ਨੂੰ ਹਸਾ ਵੀ ਦੇਵੇ, ਲੋਕਾਂ ਨੂੰ ਰੁਆ ਵੀ ਦੇਵੇ ਤੇ ਮੌਜਾਂ ਕਰੇ। ਰਾਮੂ ਵਾਲੀਆ ਸਾਹਿਬ ਵਾਪਸ ਆਏ ਆ, ਪੰਜਾਬ ਦੇ ਲੋਕ ਕਹਿੰਦੇ ਆ ਕਿ ਚਲੋ ਚੰਗਾ ਹੋਇਆ। ਹੁਣ ਰਾਮੂ ਵਾਲੀਆ ਸਾਹਿਬ ਨੇ ਆਪਣੇ ਪੁਰਾਣੇ ਮੁੱਦੇ ਫੇਰ ਚੁੱਕਣੇ ਸ਼ੁਰੂ ਕਰਤੇ ਆ। ਜਲੰਧਰ ਦੇ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਲਿਆ ਸੀ, ਇਸ ਕਰਕੇ ਲੈ ਲਿਆ ਸੀ, ਏਜੰਟ ਨੇ ਪੈਸੇ ਧੇਲੇ ਲੈ ਲਿਆ, ਤੈਨੂੰ ਵਿਦੇਸ਼ ਪਹੁੰਚਾਉਣਾ, ਵਿਦੇਸ਼ ਪਹੁੰਚਾਇਆ ਨਾ, ਪੈਸੇ ਵਾਪਸ ਕਰੇ ਨਾ, ਤੇ ਅਗਲਿਆਂ ਨੇ ਫਿਰ ਆਪਣਾ ਕੰਮ ਕਰ ਲਿਆ, ਫਾਹਾ ਵੱਧ ਲਿਆ, ਆਪਣਾ ਜਾਨ ਦੇ ਦਿੱਤੀ। ਰਾਮੂ ਵਾਲੀਆ ਸਾਹਿਬ ਉਹਦੇ ਘਰੇ ਪਹੁੰਚ ਗਿਆ, ਕਹਿੰਦੇ ਮੈਂ ਕਪਤਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵਿਧਾਨ ਸਭਾ ਦਾ ਇੱਕ ਸੈਸ਼ਨ ਸੱਦੋ, ਪੰਜਾਬ ਦੇ ਮੁੰਡਿਆਂ ਨਾਲ ਧੋਖਾਧੜੀ ਬਹੁਤ ਹੁੰਦੀ ਹੈ, ਮੈਂ ਵੀ ਮੈਦਾਨ ਦੇ ਵਿੱਚ ਆ, ਰਲ ਮਿਲ ਕੇ ਕੰਮ ਕਰਦੇ ਹਾਂ, ਇਹਨਾਂ ਲੋਕਾਂ ਦੀ, ਇਹਨਾਂ ਕਥਿਤ ਠੱਗ ਟਰੈਵਲ ਏਜੰਟਾਂ ਦੀ ਕਹਿੰਦੇ ਪ੍ਰੋਪਰਟੀ ਜ਼ਬਤ ਕਰੋ, ਉਹਦੇ ਵਿੱਚੋਂ ਇਹਨਾਂ ਲੋਕਾਂ ਦੇ ਪੈਸੇ ਮੋੜੋ। ਚਲੋ ਰਾਮੂ ਵਾਲੀਆ ਸਾਹਿਬ ਨੇ ਕਹਿਣਾ ਸੀ ਪਾਣੀ ਚ ਵਧਾਣੀ ਪਾਉਣੀ ਸੀ ਪਾ ਲਈ, ਮਸਲਾ ਵੱਡਾ, ਪਰ ਰਾਮੂ ਵਾਲੀਆ ਸਾਹਿਬ ਨੇ ਕਿਹਾ ਇਸ ਕਰਕੇ ਮਸਲਾ ਹੋਰ ਤਰ੍ਹਾਂ ਦਾ ਲੱਗਦਾ। ਫਿਰ ਉਹ ਕਹਿੰਦੇ ਕਿ ਮੈਂ ਤਾਂ ਹੁਣ ਭਾਈ ਪੰਜਾਬ ਚ ਕੋਸ਼ਿਸ਼ ਕਰਦਾ, ਆ ਲੋਕ ਭਲਾਈ ਪਾਰਟੀ ਵਾਲੇ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਦੇਖਦਾ ਕਿ ਭਾਈ ਏਦਾਂ ਦੇ ਮੁੱਦਿਆਂ ਤੇ ਕਾਰਵਾਈ ਕਰਿਆ ਕਰੋ। ਸੁਖਨੈਬ ਜੀ ਦੇਖੋ, ਗੱਲ ਬੜੀ ਪੱਕੀ ਹੈ, ਬਲਵੰਤ ਸਿੰਘ ਰਾਮੂ ਵਾਲੀ ਉਹਦਾ ਤੇ ਇੱਕ ਮਿੰਟ ਵੀ ਨੀ ਕਿਤੇ ਖਰਚ ਕਰਦੇ ਜੀ। ਜੇ ਭਵਿੱਖ ਦੇ ਵਿੱਚ ਕੋਈ ਮਾੜਾ ਮੋਟਾ ਚਰਖਾ ਉਹਨਾਂ ਨੇ ਸਿਆਸੀ ਤੌਰ ਤੇ ਕੱਤਣਾ ਆ ਨਾ, ਤਾਂ ਪੰਜਾਬ ਦੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਉਧਰਲੇ ਪਾਸੇ ਦੀਆਂ ਸੂਚਕ ਨੇ, ਹੋਰ ਨੀ ਕੁਛ। ਮੈਂ ਗੱਲ ਹੋਰ ਦੱਸਦਿਆਂ, ਬਹੁਤੇ ਲੋਕ ਕਹਿੰਦੇ ਆ ਜੀ ਹੁਣ ਨੀ ਰਾਮੂ ਵਾਲੀਆ ਸਾਹਿਬ ਤੋਂ ਕੰਮ ਚੱਲਣਾ, ਨੋ ਨੋ ਨੋ। ਮੈਨੂੰ ਇੰਨਾ ਪਤਾ ਸੁਖਨੈਬ ਜੀ, ਪੰਜਾਬ ਦੇ ਬਹੁਤੇ ਕਸਬਿਆਂ ਦੇ ਵਿੱਚ ਸਵੇਰੇ 7:30 ਤੋਂ ਲੈ ਕੇ 9:45 ਤੱਕ ਜਿਹੜੇ ਪਾੜੇ ਆ ਨਾ ਬੱਸ ਅੱਡਿਆਂ ਤੇ ਖੜੇ ਹੁੰਦੇ, ਪੰਜਾਬ ਰੋਡਵੇਜ਼ ਜਾਂ ਪੈਪਸੂ ਨੂੰ ਉਡੀਕਦੇ, ਪਾਸ ਹੁੰਦੇ ਉਹਨਾਂ ਦੇ ਕੋਲ ਜੀ, ਹੁੰਦੇ ਸਾਡੇ ਆਪਣੇ ਬੱਚੇ ਆ, ਉਹ ਬੱਸਾਂ ਚਲਾਉਣ ਵਾਲੇ ਵੀ ਆਪਣੇ ਬੰਦੇ ਆ, ਪਰ ਉਹ ਕਹਿੰਦੇ ਮੁਫ਼ਤਖੋਰੇ ਇਹਨਾਂ ਨੂੰ ਨੀ ਚੜਾਉਣਾ,
ਆਮ ਤੌਰ ਤੇ ਸਵਾਰੀ ਲਾਉਣ ਦੇ ਲਈ ਬ੍ਰੇਕ ਮਾਰਨਗੇ, ਸਵਾਰੀ ਇੱਕ ਉਤਰਗੀ ਨਾਲ ਹੀ ਭਜਾ ਲੈਣਗੇ ਕਿ ਭਾਈ ਪਾਸ ਹੋਲਡਰ ਨੀ ਚੜਾਉਣੇ, ਆਪੇ ਆਉਣ ਧੱਕੇ ਖਾਣ, ਸਾਨੂੰ ਕੋਈ ਲਾਭ ਨੀ ਇਹਦਾ। ਉਹ 40-45 ਜਿਹੜੇ ਮੁੰਡੇ ਕੁੜੀਆਂ ਖੜੇ ਹੁੰਦੇ ਆ ਬਾਸਾ ਲੂ ਲੜਦੇ ਆ, ਚੱਲ ਇੱਕ ਜਾਂ ਦੋ ਤੋਂ ਮਸੀ ਹੁੰਦਾ। ਇਹ ਸਿਆਸੀ ਸਿਆਸਤਦਾਨਾਂ ਦੇ ਵੀ ਇਹ ਹਾਲ ਹੈ, ਬੜੇ ਸਿਆਸਤਦਾਨ ਬੈਠੇ ਹੁੰਦੇ ਸਾਨੂੰ ਫਲਾਨੀ ਪਾਰਟੀ ਦੀ ਟਿਕਟ ਮਿਲ ਜਾ, ਹੋ ਜਾ ਸਾਡੀ ਪਾਰਟੀ ਚੱਲ ਜਾਏ, ਉਹਨਾਂ ਦੇ ਵਿੱਚੋਂ ਇੱਕ ਦੋ ਤੋਂ ਬੱਸੇ ਚੜ ਹੁੰਦਾ। ਤੇ ਮੈਨੂੰ ਇੰਨਾ ਪਤਾ ਹੈ ਕਿ ਜੇ ਉਹਨਾਂ 40-45 ਜੀ ਕਿਤੇ ਰਾਮੂ ਵਾਲੀਆ ਸਭ ਖੜੇ ਹੋਏ ਤਾਂ ਬੱਸੇ ਸਭ ਤੋਂ ਪਹਿਲਾਂ ਇਹਨਾਂ ਨੇ ਚੜ ਜਾਣਾ। ਇਹਨਾਂ ਕੋਈ ਜਗਾਲ ਹੈਗਾ, ਇਹਨਾਂ ਕੋਈ ਪੱਕੀ ਵੋਟ ਨਹੀਂ ਸੀ, ਇਹ ਕੇਂਦਰ ਸਰਕਾਰ ਚ ਮੌਜਾਂ ਕਰਦੇ ਸੀ, ਪੰਜਾਬ ਚ ਆਏ, ਇਹਨਾਂ ਦੀ ਲੋਕ ਭਲਾਈ ਪਾਰਟੀ ਨੇ ਪਾਣੀ ਨੇ ਮੰਗਿਆ, ਅਕਾਲੀ ਦਲ ਵੱਲੋਂ ਮੋਹਾਲੀ ਦੀ ਟਿਕਟ ਲੈ ਗਏ, ਉਹਦੇ ਤੋਂ ਬਾਅਦ ਅਕਾਲੀਆਂ ਨੇ ਯੂਪੀ ਭੇਜੇ, ਅਕਾਲੀ ਦਲ ਤਾਂ ਮਜ਼ਬੂਤ ਨਹੀਂ ਕੀਤਾ, ਜੇਲ੍ਹਾਂ ਦੇ ਮੰਤਰੀ ਬਣ ਗਏ। ਅੱਜ ਦੀ ਤਰੀਕ ਚ ਵੀ ਉਹ ਯੂਪੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਨੇ, ਇੱਕ MLA ਦੀਆਂ ਸਹੂਲਤਾਂ ਯੂਪੀ ਦੇ ਪੱਖ ਤੋਂ ਉਹਨਾਂ ਨੂੰ ਮਿਲਦੀਆਂ, ਤੇ ਹੁਣ ਪੰਜਾਬ ਚ ਆ ਕੇ ਜਿਸ ਤਰੀਕੇ ਦੇ ਨਾਲ ਕਦੇ ਲੰਗਰ ਦੇ ਰਸਤੇ GST ਦਾ ਮੁੱਦਾ ਚੁੱਕਦੇ ਹੈ, ਉਸ ਮੁੱਦੇ ਦੇ ਨਾਲ ਨਾਲ ਕਦੇ ਕਦੇ ਉਹ ਟਰੈਵਲ ਏਜੰਟਾਂ ਦਾ ਮੁੱਦਾ ਚੁੱਕਦੇ ਹੈ, ਕਦੇ ਹੋਰ ਮੁੱਦੇ ਚੁੱਕਦੇ ਹੈ। ਇਹ ਸਾਰਾ ਕੁਝ ਦੱਸਦਾ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਪੰਜਾਬ ਦੀ ਰਾਜਨੀਤੀ ਚ ਨਾ ਕੇਵਲ ਸਰਗਰਮ ਹੋ ਰਹੇ ਆ, ਬਲਕਿ ਆਪਣੇ ਪੂਰੀ ਸਿਆਸੀ ਤੌਰ ਤੇ ਢੱਡ ਸਰੰਗੀ ਜਿੰਨੀ ਕੁ ਵਜਾ ਸਕਦੇ ਆ ਵਜਾਉਣਗੇ ਵੀ ਜ਼ਰੂਰ। ਤੇ ਨਾਲ ਐਤਕੀ ਇਹ ਵੀ ਗੱਲ ਪੱਕੀ ਹੈ ਕਿ ਲੋਕ ਭਲਾਈ ਪਾਰਟੀ ਵਾਲਿਆਂ ਨੂੰ ਇਕੱਠੇ ਜ਼ਰੂਰ ਕਰਦੇ ਹੋਣਗੇ, ਪਰ ਇਸ ਕਰਕੇ ਨਹੀਂ ਕਿ ਪਾਰਟੀ ਸਰਗਰਮ ਕਰਨੀ ਹੈ, ਦੁਬਾਰਾ ਪਾਰਟੀ ਕਾਇਮ ਕਰਨੀ ਹੈ, ਬਲਕਿ ਇਸ ਕਰਕੇ ਕਿ ਜੇ ਇੱਕ ਦੋ ਮੀਟਿੰਗਾਂ, ਦੋ ਚਾਰ ਰੈਲੀਆਂ ਕਰਕੇ, ਚਾਰ ਕੁ ਪ੍ਰੈਸ ਕਾਨਫਰੰਸਾਂ ਕਰਕੇ ਪਹਿਲਾਂ ਭਾਅ ਜਿਹਾ ਵਧਾਇਆ ਜਾਵੇ, ਤੇ ਉਹਦੇ ਤੋਂ ਬਾਅਦ ਕਿਸੇ ਸਿਆਸੀ ਪਾਰਟੀ ਦੇ ਵਿੱਚ ਜਿਹੜਾ ਤੁਣਕਾ ਲਾ ਕੇ ਸਿਆਸੀ ਤੌਰ ਤੇ ਗੁੱਡੀ ਅਸਮਾਨੇ ਚੜਾਈ ਜਾਵੇ। ਜੀ, ਤੇ ਖੇਡ ਖੇਤਰ ਦੀਆਂ ਕੀ ਖਬਰਾਂ ਵਾਟ ਸਾਹਿਬ? ਸੁਖਨਾਬ ਜੀ, ਹਾਕੀ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਦੇਖੋ, ਆਪਾਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਕਿ ਹਾਕੀ ਦੀ ਚੈਂਪੀਅਨਸ ਟਰਾਫੀ ਆਖਰੀ ਵਾਰ ਹੋ ਰਹੀ ਹੈ ਜੀ, ਖਤਮ ਹੋ ਜਾਣਾ ਕੰਮ 1 July ਨੂੰ, ਪਰ ਹੁਣ ਉਸ ਚੈਂਪੀਅਨਸ ਟਰਾਫੀ ਦੇ ਵਿੱਚ ਮੈਂ ਇਹ ਵੀ ਦੱਸ ਦਿਆਂ ਕਿ ਸਿੱਧਾ ਫਾਈਨਲ ਮੁਕਾਬਲੇ ਹੋਣਾ, ਕੋਈ ਸੈਮੀ ਫਾਈਨਲ ਨਹੀਂ, ਕੋਈ ਕੁਆਟਰ ਫਾਈਨਲ ਨਹੀਂ ਜੀ। ਇਹਦਾ ਮਤਲਬ ਹੈ ਕਿ ਜਿਹੜੀਆਂ ਜੇ ਸੂਚੀ ਦੇ ਵਿੱਚ, ਯਾਨੀ ਅੰਕ ਸੂਚੀ ਜਿਹੜੀ ਹੈ ਉਹਦੇ ਵਿੱਚ ਉੱਪਰਲੀਆਂ ਦੋ ਟੀਮਾਂ ਹੋਈਆਂ ਫਾਈਨਲ ਖੇਡਣਗੀਆਂ। ਫਾਈਨਲ ਖੇਡਣ ਤੋਂ ਪਹਿਲਾਂ ਹਰ ਇੱਕ, ਦੇਖੋ ਉੱਪਰਲੀਆਂ ਚੋਟੀ ਦੀਆਂ ਟੀਮਾਂ ਨੇ ਵਿਸ਼ਵ ਦੀਆਂ, ਭਾਰਤ ਦੀ ਟੀਮ ਨੇ ਪਹਿਲਾ ਮੈਚ ਪਾਕਿਸਤਾਨ ਦੇ ਨਾਲ ਖੇਡਿਆ, ਤੀਸਰੇ ਕੁਆਟਰ ਤੱਕ 1-0 ਦੇ ਨਾਲ ਭਾਰਤ ਅੱਗੇ ਸੀ, ਆਖਰੀ 6 ਮਿੰਟਾਂ ਦੇ ਵਿੱਚ 3 ਗੋਲ ਦਾੜ ਕਰਕੇ 4-0 ਦੇ ਨਾਲ ਪਾਕਿਸਤਾਨ ਦੀ ਟੀਮ ਨੂੰ ਹਾਕੀ ਦੇ ਉਸ ਬੜੇ ਕਲਾਸਿਕ ਮੈਚ ਦੇ ਵਿੱਚ ਭਾਰਤੀ ਖਿਡਾਰੀਆਂ ਨੇ ਜਿੱਤ ਕੀਤਾ, ਚਲੋ ਹੌਸਲੇ ਬੁਲੰਦ ਹੋ ਗਏ। ਉਹਦੇ ਤੋਂ ਬਾਅਦ ਬੀਤੇ ਕੱਲ ਓਲੰਪਿਕ ਚੈਂਪੀਅਨ ਅਰਜਨਟਾਈਨਾ ਦੇ ਨਾਲ ਮੁਕਾਬਲਾ ਸੀ, ਤੇ ਪਿਛਲੇ ਕਈ ਮੁਕਾਬਲੇ ਅਰਜਨਟਾਈਨਾ ਤੋਂ ਭਾਰਤ ਦੀ ਟੀਮ ਲਗਾਤਾਰ ਹਾਰ ਚੁੱਕੀ ਸੀ। ਹੁਣ ਅਰਜਨਟਾਈਨਾ ਦੇ ਨਾਲ ਮੁਕਾਬਲਾ ਹੋਵੇ, ਭਾਰਤੀ ਟੀਮ ਮੈਦਾਨ ਚ ਹੋਵੇ, ਅਰਜਨਟਾਈਨਾ ਓਲੰਪਿਕ ਚੈਂਪੀਅਨ ਹੋਵੇ, ਤੇ ਸਾਡੇ ਕੋਲ ਓਲੰਪਿਕ ਦੇ ਵਿੱਚ ਜਿਹੜਾ ਉਹ ਪ੍ਰਵੇਸ਼ ਪੱਤਰ ਵੀ ਸਾਨੂੰ ਮਸਾਂ ਮਿਲਦਾ, ਦਾਖਲਾ ਕਾਰਡ ਵੀ ਸਾਨੂੰ ਔਖੇ ਹੋ ਕੇ ਮਿਲਦਾ। ਪਰ ਇੱਕ ਸਮਾਂ ਐਸਾ ਆਇਆ ਇਸ ਮੈਚ ਦੇ ਵਿੱਚ ਜਦੋਂ ਭਾਰਤੀ ਹਾਕੀ ਟੀਮ 2-0 ਦੇ ਨਾਲ ਅੱਗੇ ਹੋ ਗਈ ਸੀ ਓਲੰਪਿਕ ਚੈਂਪੀਅਨ ਤੋਂ, ਕਮਾਲ ਦੀ ਹਾਕੀ ਖੇਡੀ, ਤੇ ਬਾਅਦ ਵਿੱਚ ਭਾਵੇਂ ਅਰਜਨਟਾਈਨਾ ਨੇ ਇੱਕ ਗੋਲ ਕਰਕੇ ਸਕੋਰ 2 ਦੇ ਮੁਕਾਬਲੇ 1 ਕਰ ਦਿੱਤਾ, ਪਰ ਆਖਿਰਕਾਰ ਭਾਰਤੀ ਹਾਕੀ ਦੇ ਖਿਡਾਰੀਆਂ ਨੇ 2-1 ਦੇ ਨਾਲ ਓਲੰਪਿਕ ਚੈਂਪੀਅਨ ਅਰਜਨਟਾਈਨਾ ਨੂੰ ਹਰਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ। ਪਰ ਇਸ ਮੈਚ ਦਾ ਇੱਕ ਦਿਲਚਸਪ ਪਹਿਲੂ ਇਹ ਸੀ ਕਿ ਇਹ ਮੈਚ ਸਰਦਾਰ ਸਿੰਘ ਦਾ 300ਵਾਂ ਮੈਚ ਸੀ ਕੌਮਾਂਤਰੀ ਪੱਧਰ ਦੇ ਉੱਤੇ, ਇਸ ਕਰਕੇ ਉਹਨੂੰ ਕਪਤਾਨੀ ਵੀ ਸੌਂਪੀ ਗਈ ਕਿ ਭਾਈ ਠੀਕ ਹੈ ਭਾਵੇਂ ਸ਼੍ਰੀ ਜੇ ਸਾਡਾ ਕੰਧ ਵਰਗਾ ਗੋਲਕੀਪਰ ਕੈਪਟਨ ਹੈ, ਪਰ ਇੱਕ ਮੈਚ ਲਈ ਉਹਨੂੰ ਕਪਤਾਨ ਬਣਾ ਕੇ ਉਹਨੂੰ ਸਲਿਊਟ ਕੀਤਾ ਗਿਆ ਕਿ ਭਾਈ 300 ਮੈਚ ਖੇਡਣੇ ਸੁਖਨੈਬ ਜੀ ਕੋ ਖਾਲਾ ਜੀ ਦਾ ਬੜਾ ਥੋੜੀ ਹੈ, ਕਿਉਂਕਿ ਉਸ ਬੰਦੇ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਮੈਚ ਖੇਡਿਆ ਸੀ ਉਹ ਮੈਚ ਖੇਡਿਆ ਸੀ ਤਕਰੀਬਨ 2003-04 ਦੇ ਵਿੱਚ ਪੋਲੈਂਡ ਦੌਰੇ ਤੇ ਜੂਨੀਅਰ ਵੱਲੋਂ, ਤੇ ਹੁਣ 2018 ਆ ਗਿਆ ਤੇ 2004 ਦਾ ਮੈਚ ਖੇਡਿਆ, 14 ਸਾਲ ਲਗਾਤਾਰ ਭਾਰਤੀ ਹਾਕੀ ਟੀਮ ਦੇ ਵਿੱਚ ਉਸ ਬੰਦੇ ਨੇ ਹਾਕੀ ਖੇਡੀ ਹੈ। ਹੁਣ ਪਰਸੋਂ ਨੂੰ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨਾਲ ਹੈ, ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 6:30 ਬੁੱਧਵਾਰ ਦਾ ਦਿਨ ਹੋਏਗਾ, ਤੇ ਜੇ ਭਾਰਤ ਦੀ ਟੀਮ ਹੁਣ ਵਾਲਾ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਣ ਦੇ ਵਿੱਚ ਸੁਖਨੈਬ ਜੀ ਕਾਮਯਾਬ ਰਹਿੰਦੀ ਹੈ ਤਾਂ ਇਹਦਾ ਮਤਲਬ ਹੈ ਕਿ ਅਸੀਂ ਫਿਰ ਓਲੰਪਿਕ ਚੈਂਪੀਅਨ ਵੀ ਢਾ ਲਿਆ, ਅਸੀਂ ਵਿਸ਼ਵ ਚੈਂਪੀਅਨ ਵੀ ਢਾ ਲਿਆ, ਤੇ ਪਾਕਿਸਤਾਨ ਸਾਡਾ ਗੁਆਂਢੀ ਹੈ, ਚਲੋ ਕਦੇ ਆਪਣੇ ਦੇਸ਼ ਦਾ ਹਿੱਸਾ ਹੁੰਦਾ ਸੀ ਉਹਦੀ ਟੀਮ ਨੂੰ ਵੀ ਢਾ ਲਿਆ, ਫਿਰ ਇੱਦਾਂ ਹੁੰਦਾ ਕਿ ਚੈਂਪੀਅਨਸ ਟਰਾਫੀ ਜਿੱਤੀਏ ਨਾ ਜਿੱਤੀਏ, ਜਦੋਂ ਆਪਾਂ ਗੁਆਂਢੀ ਵੀ ਢਾ ਲਿਆ, ਓਲੰਪਿਕ ਚੈਂਪੀਅਨ ਵੀ ਢਾ ਲਿਆ ਤੇ ਵਰਲਡ ਕੱਪ ਦਾ ਜੇਤੂ ਵੀ ਢਾ ਲਿਆ, ਫਿਰ ਬਾਕੀ ਕੁਝ ਨਹੀਂ ਬਚਦਾ ਜੀ। ਬਾਠ ਸਾਹਿਬ, ਸੰਦੋਆ ਦਾ ਮਾਮਲਾ ਹਜੇ ਵੀ ਲਾਲ ਲਾਲ ਹੈ ਸੁਰਖੀਆਂ। ਸੁਖਨੈਬ ਜੀ, ਦੇਖੋ ਅਮਰਜੀਤ ਸਿੰਘ ਸੰਦੋਆ ਹੋਰੀ PGI ਤੋਂ ਬਾਹਰ ਆ ਗਿਆ, ਛੁੱਟੀ ਉਹਨਾਂ ਨੇ ਮਿਲ ਗਈ ਆ ਕਿ ਭਾਈ ਹੁਣ ਤੁਸੀਂ ਠੀਕ ਠਾਕ ਹੋ,
ਜਿਹੜੀਆਂ ਗੁੱਜੀਆਂ ਸੱਟਾਂ ਸੀ ਨਾ ਉਹ ਠੀਕ ਹੋ ਗਈਆਂ, ਕੁਝ ਜਾ ਕੇ ਘਰੇ ਜਾ ਕੇ ਸਾਫ਼ ਧੂਪ ਜੀ ਹਲਦੀ ਪੀਓ, ਸੇਕ ਸੂਕ ਦਿਓ। ਚਲੋ ਮਾੜਾ ਹੋਇਆ ਜੋ ਕੁਝ ਉਹਨਾਂ ਦੇ ਨਾਲ ਹੋਇਆ, ਪੱਗ ਨਹੀਂ ਸੀ ਲਿਥਣੀ ਚਾਹੀਦੀ, ਕਟਾਪਾ ਇੱਕ MLA ਦਾ ਕੀ, ਸਧਾਰਨ ਬੰਦੇ ਦਾ ਵੀ ਨਹੀਂ ਇਸ ਤਰੀਕੇ ਲਿਥਣਾ ਚਾਹੀਦਾ। ਪੰਜਾਬੀ ਭਾਸ਼ਾ ਦੀ ਜਿੰਨੀ ਬੇਕਦਰੀ ਗਾਲਾਂ ਕੱਢ ਕੇ ਉਸ ਥਾਂ ਦੇ ਉੱਤੇ ਕੀਤੀ ਗਈ ਉਹ ਵੀ ਨਹੀਂ ਸੀ ਹੋਣੀ ਚਾਹੀਦੀ। ਸੰਦੋਆ ਸਾਹਿਬ ਨੇ PGI ਤੋਂ ਬਾਹਰ ਆਉਂਦੇ ਕਹਿ ਦਿੱਤਾ ਕਿ ਡਾਕਟਰ ਦਲਜੀਤ ਚੀਮਾ ਜਿਹੜਾ ਮੇਰੇ ਤੇ ਦੋਸ਼ ਲਾਉਂਦੇ ਨਾ ਕਿ ਪੈਸੇ ਧੇਲੇ ਲੈਣ ਦੇਣ ਦਾ ਮਾਮਲਾ ਸੀ, ਬਿਲਕੁਲ ਗਲਤ ਹੈ। ਕਹਿੰਦੇ ਮੈਂ ਕਹਿੰਦਾ ਕਿ ਡਾਕਟਰ ਚੀਮਾ ਜਦੋਂ MLA ਹੁੰਦੇ ਸੀ ਉਹਨੇ ਸਾਰੇ ਪਹਾੜ ਤੇ ਪਹਾੜਾਂ ਦੇ ਦਰਖਤ ਵੀ ਖਾ ਲਏ ਤੇ ਮਾਈਨਿੰਗ ਵੀ ਕਰਾਈ। ਚਲੋ ਇਹ ਵੀ ਗੱਲ ਸਪਸ਼ਟ ਹੋ ਗਈ। ਫਿਰ ਨਾਲ ਦੀ ਨਾਲ ਉਹ ਕਹਿੰਦੇ ਕਿ ਗੁਰੂ ਚਲੋ ਮੇਰੇ ਨਾਲ ਮੇਰੇ ਤੇ ਦੋਸ਼ ਸਾਬਿਤ ਕਰ ਦਿਓ, ਜੇ ਮੇਰੇ ਤੇ ਕੋਈ ਵੀ ਦੋਸ਼ ਸਾਬਿਤ ਇੱਕ ਨਿੱਕੇ ਪੈਸੇ ਦਾ ਵੀ ਹੋ ਗਿਆ ਮੈਂ ਗੋਲੀ ਮਾਰ ਲੂ, ਤੇ ਜੇ ਤੁਹਾਡੇ ਤੇ ਦੋਸ਼ ਸਾਬਿਤ ਹੁੰਦੇ ਆ ਫਿਰ ਤੁਸੀਂ ਵੀ ਕਹੋ ਜਵਿੰਦਰ ਸਿੰਘ ਤੇ ਡਾਕਟਰ ਦਲਜੀਤ ਸਿੰਘ ਚੀਮਾ ਇੱਦਾਂ ਕਰੋਗੇ। ਚਲੋ ਇਹ ਗੱਲਾਂ ਬਾਤਾਂ ਚੁਣੌਤੀ ਦੀਆਂ ਸੀ, ਚੁਣੌਤੀਆਂ ਤਾਂ ਬਥੇਰੀਆਂ ਸਾਡੇ ਲੀਡਰ ਦੇ ਦਿੰਦੇ ਆ। ਹੁਣ ਦੇਖੋ ਕੀ ਹੋਇਆ, ਅੱਜ ਦੋ ਬੰਦੇ ਹੋਰ ਕਾਬੂ ਕੀਤੇ ਨੇ ਪੁਲਿਸ ਨੇ, ਜਿਹੜੇ ਬੰਦੇ ਉਸ ਵੇਲੇ ਅਮਰਜੀਤ ਸੰਦੋਆ ਦੇ ਉੱਤੇ ਹਮਲਾ ਕਰਨ ਵਾਲਿਆਂ ਚ ਸ਼ਾਮਿਲ ਸੀ, ਪਰ ਅਜਵਿੰਦਰ ਨਹੀਂ ਅਜੇ ਤੱਕ ਕਾਬੂ ਆਇਆ। ਲੁੱਕ ਆਊਟ ਨੋਟਿਸ ਅਜਵਿੰਦਰ ਦਾ ਜਾਰੀ ਹੋ ਚੁੱਕਿਆ, ਜਿਹਨੂੰ ਸਰਪੰਚ ਕਹਿੰਦੇ ਆ। ਤੀਸਰੇ ਪਾਸੇ ਜਿਹੜੀ ਸਿਕਿਉਰਿਟੀ ਮਿਲੀ ਹੈ ਅਮਰਜੀਤ ਸੰਦੋਆ ਨੂੰ ਉਹਦੀ ਜਾਂਚ ਪੜਤਾਲ ਚੱਲਦੀ ਆ ਕਿ ਬਚਾਉਣ ਦੇ ਵਿੱਚ ਨਾਕਾਮਯਾਬ ਕਿਉਂ ਰਹੇ ਅਮਰਜੀਤ ਸੰਦੋਆ ਨੂੰ। ਇਹਦੇ ਨਾਲ ਅੱਜ ਆਮ ਆਦਮੀ ਪਾਰਟੀ ਨੇ ਰੋਪੜ ਦੇ ਵਿੱਚ ਆਪਣਾ ਧਰਨਾ ਰੱਖਿਆ ਸੀ, ਕਿਉਂਕਿ ਟਾਈਮ ਦਿੱਤਾ ਸੀ ਉਹਨਾਂ ਨੇ ਐਤਵਾਰ ਸ਼ਾਮ ਤੱਕ ਦਾ ਕਿ ਜੇ ਤਾਂ ਬੰਦੇ ਸਾਰੇ ਫੜ ਲਓਗੇ ਠੀਕ ਹੈ, ਜੇ ਨਹੀਂ ਫੜੋਗੇ ਤਾਂ ਅਸੀਂ ਧਰਨਾ ਦੇਵਾਂਗੇ ਸੂਬਾ ਪੱਧਰੀ। ਸੁਖਪਾਲ ਖਹਿਰਾ, ਪ੍ਰੋਫੈਸਰ ਸਾਧੂ ਸਿੰਘ, ਇਹਦੇ ਨਾਲ ਨਾਲ ਡਾਕਟਰ ਬਲਵੀਰ ਸਿੰਘ ਪਟਿਆਲੇ ਵਾਲੇ ਤੇ ਕੁੱਲ ਮਿਲਾ ਕੇ 12 ਆਮ ਆਦਮੀ ਪਾਰਟੀ ਦੇ MLA ਇੱਥੇ ਪਹੁੰਚੇ। ਚਲੋ ਫੂਲਕਾ ਸਾਹਿਬ ਤੋਂ ਨਹੀਂ ਸੀ ਆਇਆ ਜਾਣਾ, ਕੰਵਰ ਸੰਧੂ ਸਾਹਿਬ ਆਏ। ਆਮ ਆਦਮੀ ਪਾਰਟੀ ਇੱਥੇ ਇੱਕਮੁੱਠ ਜੀ ਵਿਖਾਈ ਦਿੱਤੀ, ਪਰ ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਅੱਜ ਗੈਰ ਹਾਜ਼ਰ ਰਹੇ। ਉਹਨਾਂ ਦੀ ਗੈਰ ਹਾਜ਼ਰੀ ਦੀ ਵਜ੍ਹਾ ਕੀ ਹੈ, ਕਾਰਨ ਕੀ ਹੈ, ਕਿਉਂਕਿ ਅਜੇ ਤੱਕ ਉਹਨਾਂ ਨੇ ਸਿਰਫ਼ ਇੱਕ ਵੀਡੀਓ ਕਲਿੱਪ ਹੀ ਜਾਰੀ ਕੀਤਾ ਕਿ ਅਮਰਜੀਤ ਸੰਦੋਆ ਦੇ ਉੱਤੇ ਹੁੰਦੇ ਹਮਲੇ ਦੀ ਮੈਂ ਨਿਖੇਧੀ ਕਰਦਾ, ਕੈਪਟਨ ਸਾਹਿਬ ਪਹਾੜਾਂ ਤੋਂ ਉਤਰ ਕੇ ਥੱਲੇ ਆਉਣ, ਪਰ ਆਪ ਕਿੱਥੇ ਨੇ ਕਿ ਉਹਨਾਂ ਤੋਂ ਅੱਜ ਵੀ ਰੋਪੜ ਨਹੀਂ ਆਇਆ ਗਿਆ, ਅਜੇ ਤੱਕ ਅਮਰਜੀਤ ਸਿੰਘ ਸੰਦੋਆ ਦੀ ਖਬਰਸਾਰ ਵੀ ਨਹੀਂ ਲਈ ਗਈ। ਇਹ ਗੱਲ ਬਹੁਤ ਵੱਡੀ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਰਹੀ। ਬਾਕੀ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਜਵਿੰਦਰ ਕਦੋਂ ਕਾਬੂ ਆਉਂਦਾ, ਪਰ ਦੋਵਾਂ ਤਿੰਨਾਂ ਧਿਰਾਂ ਨੇ ਜਿਸ ਤਰੀਕੇ ਇੱਕ ਦੂਜੇ ਤੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਤੰਗ ਪਰੇਸ਼ਾਨ ਕਰਦਾ ਜੀ। ਤੇ ਅਗਲੀ ਗੱਲ ਬੜਾ ਸਾਹਿਬ ਆਪਾਂ ਕਰੀਏ, ਜਿਹੜੀ ਇਹ ਵੀ ਕਾਫੀ ਧਿਆਨ ਮੰਗਦੀ ਹੈ। ਮਹਾਰਾਸ਼ਟਰ ਦੇ ਉੱਤੇ ਵਿੱਚ ਪਲਾਸਟਿਕ ਦੇ ਉੱਤੇ ਪਾਬੰਦੀ ਲਾਤੀ ਹੈ ਜੀ। ਸੁਖਨੈਬ ਜੀ, ਸਾਡੇ ਪੰਜਾਬ ਚ ਵੀ ਤਾਂ ਆਪਾਂ ਕਈ ਵਾਰੀ ਪਾਬੰਦੀ ਲਾਈ ਹੈ ਕਿ ਪਲਾਸਟਿਕ ਦੇ ਲਿਫਾਫੇ ਨਹੀਂ ਵਰਤਣੇ, ਆਹ ਗੱਲ ਨਹੀਂ ਕਰਨੀ, ਉਹ ਗੱਲ ਨਹੀਂ ਕਰਨੀ, ਪਰ ਇੱਥੇ ਕੰਮ ਆਪਾਂ ਨੂੰ ਪਤਾ ਇੱਕ ਉਦੇ ਚੱਲੀ ਜਾਂਦਾ, ਲਿਫਾਫੇ ਬਣੀ ਵੀ ਜਾਂਦੇ ਆ, ਅਸੀਂ ਵੀ ਵਰਤੀ ਜਾਂਦੇ, ਦੁਕਾਨਦਾਰ ਵੀ ਵਰਤੀ ਜਾਂਦੇ ਆ। ਇੱਛਾ ਸ਼ਕਤੀ ਦੀ ਕਿਤੇ ਨਾ ਕਿਤੇ ਘਾਟ ਹੈ ਨਾ ਕਿ ਅਸੀਂ ਫੈਸਲਾ ਕਰ ਲੈਂਦੇ ਹਾਂ, ਲਾਗੂ ਨਹੀਂ ਕਰ ਪਾਉਂਦੇ। ਸਾਡੇ ਸਾਹਮਣੇ ਸਭ ਤੋਂ ਪਹਿਲਾਂ ਇਹ ਗੱਲਾਂ ਆ ਜਾਂਦੀਆਂ ਕਿ ਭਾਈ ਵਾਤਾਵਰਨ ਖਰਾਬ ਹੁੰਦਾ ਹੋਈ ਜਾਵੇ, ਮਨੁੱਖ ਤੇ ਮਾੜਾ ਅਸਰ ਪੈਂਦਾ, ਜੀਵ ਜੰਤੂ ਤੇ ਮਾੜਾ ਅਸਰ ਪੈਂਦਾ ਪਈ ਜਾਵੇ, ਸਾਨੂੰ ਕੀ, ਚਾਰ ਪੈਸੇ ਸਾਡੇ ਵੱਟ ਹੋਣੇ ਚਾਹੀਦੇ ਆ, ਸਾਡੀਆਂ ਵੋਟਾਂ ਜਿਹੜੀਆਂ ਉਹ ਟੁੱਟਣੀਆਂ ਨਹੀਂ ਚਾਹੀਦੀਆਂ। ਪਰ ਮਹਾਰਾਸ਼ਟਰ ਨੇ ਅੱਜ ਦੀ ਤਰੀਕ ਤੱਕ, ਅੱਜ ਚੌਥਾ ਦਿਨ ਹੈ, ਇਸ ਮੁੱਦੇ ਤੇ ਚੰਗਾ ਕੰਮ ਕੀਤਾ। 3 ਮਹੀਨੇ ਪਹਿਲਾਂ ਦਵਿੰਦਰ ਫੜਨਵੀਸ ਦੀ ਅਗਵਾਈ ਵਾਲੀ ਸ਼ਿਵ ਸੈਨਾ ਭਾਜਪਾ ਸਰਕਾਰ ਨੇ ਇਹ ਕਹਿਤਾ ਸੀ ਕਿ ਜੂਨ ਮਹੀਨੇ ਦੇ ਆਖਰੀ 10 ਦਿਨਾਂ ਦੇ ਵਿੱਚ ਅਸੀਂ ਪਲਾਸਟਿਕ ਤੇ ਬੈਨ ਲਾ ਦੇਣਾ, ਜਿਨ੍ਹਾਂ ਦੇ ਕੋਲ ਪਲਾਸਟਿਕ ਦੇ ਲਿਫਾਫੇ ਪਏ ਨੇ ਕੋਈ ਸਮਾਨ ਪਿਆ ਵੇਚਣਾ ਵੇਚ ਦਿਓ, ਨਵੀਂ ਸਪਲਾਈ ਜਿਹੜੀ ਆ ਬੰਦ ਕਰ ਦਿਓ, ਪ੍ਰੋਡਕਸ਼ਨ ਬੰਦ ਕਰ ਦਿਓ। ਜੂਨ ਦੇ ਵਿੱਚ ਜਾ ਕੇ ਸਾਨੂੰ ਇਹ ਨਾ ਆਖਿਓ ਕਿ ਸਾਡੇ ਕੋਲ ਅਜੇ ਸਟਾਕ ਪਿਆ ਉਹ ਵਿਕਿਆ ਨਹੀਂ ਤੇ ਅਸੀਂ ਕੱਖੋਂ ਵਾਲੀ ਹੋ ਜਾਣਾ ਜੇ ਤੁਸੀਂ ਇਹ ਫੈਸਲਾ ਕਿਤੇ ਲਾਗੂ ਕਰਤਾ। ਚਲੋ ਫੈਸਲਾ ਉਹਨਾਂ ਲਾਗੂ ਕਰ ਦਿੱਤਾ। ਹੁਣ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਪਲਾਸਟਿਕ ਦੀ ਕੋਈ ਸਟਰੋ, ਕੋਈ ਪੋਲੀਥੀਨ, ਜਿਹੜੀਆਂ ਚੀਜ਼ਾਂ ਇੱਕੋ ਵਾਰੀ ਵਰਤੀਆਂ ਜਾਂਦੀਆਂ, ਕੋਈ ਥਾਲੀ, ਗਲਾਸ, ਚਮਚਾ, ਕੌਲੀ, ਕੋਈ ਡੱਬਾ, ਕੁਝ ਨਹੀਂ ਵਰਤਿਆ ਜਾ ਸਕਦਾ, ਕੁਝ ਨਹੀਂ ਬਣਾਇਆ ਜਾ ਸਕਦਾ, ਕੁਝ ਨਹੀਂ ਵੇਚਿਆ ਜਾ ਸਕਦਾ। ਉਹਨਾਂ ਇਹ ਵੀ ਕਹਿ ਦਿੱਤਾ ਕਿ ਥਰਮੋਕੋਲ ਦਾ ਸਮਾਨ ਉਹ ਵੀ ਬਿਲਕੁਲ ਬੈਨ ਹੋਏਗਾ, ਕਿਉਂਕਿ ਸਾਡੇ ਸੂਬੇ ਨੂੰ ਉਹ ਕਹਿੰਦੇ ਕਿ ਇਹਨਾਂ ਦੋਵਾਂ ਚੀਜ਼ਾਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਇਆ ਤੇ ਅਸੀਂ ਹੋਰ ਨੁਕਸਾਨ ਜਿਹੜਾ ਪਹੁੰਚਾਉਣ ਨਹੀਂ ਦੇਣਾ। ਹੁਣ ਜੁਰਮਾਨਾ ਰੱਖਿਆ ਗਿਆ, ਪਹਿਲੀ ਵਾਰੀ ਫੜਿਆ ਗਿਆ ਬੰਦਾ ਉਪਯੋਗ ਕਰਦਾ 5,000, ਦੂਜੀ ਵਾਰੀ 10,000, ਤੀਜੀ ਵਾਰੀ 25,000 ਪਲੱਸ 3 ਮਹੀਨੇ ਦੀ ਸਜ਼ਾ। ਤੇ ਪਹਿਲੇ ਦਿਨ 4 ਸ਼ਹਿਰਾਂ ਦੇ ਵਿੱਚ 163 ਲੋਕਾਂ ਦੇ ਚਲਾਨ ਮਹਾਰਾਸ਼ਟਰ ਦੀ ਸਰਕਾਰ ਨੇ ਕੱਟਤੇ, ਕਿਉਂਕਿ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਨਿਯਮ ਬਣਾ ਦਿੱਤਾ, ਗੱਲੇ ਬਾਤੀ ਹੋਣਾ, ਸਰਕਾਰ ਨੇ ਕਿਤੇ ਵੋਟਾਂ ਥੋੜੀ ਖਰਾਬ ਹੋਣੀਆਂ। ਪਰ 163 ਲੋਕਾਂ ਤੋਂ 8,15,000 ਰੁਪਏ ਦਾ ਜੁਰਮਾਨਾ ਵਸੂਲ ਵੀ ਲਿਆ ਗਿਆ। ਇਹ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੁਰਮਾਨਾ ਵਸੂਲੀ ਦੀ ਪ੍ਰਕਿਰਿਆ ਇਸੇ ਤਰੀਕੇ ਚਾਲੂ ਰਹਿਣੀ ਹੈ। ਦੇਖੋ ਦਵਿੰਦਰ ਫੜਨਵੀਸ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਮਹਾਰਾਸ਼ਟਰ ਦੀ, ਸੁਖਨੈਬ ਜੀ, ਕੋਈ ਦੁੱਧ ਧੋਤੀ ਨਹੀਂ। ਭਾਰਤ ਦੇ ਵਿੱਚ ਸਭ ਤੋਂ ਵੱਧ ਜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਈਆਂ ਤਾਂ ਮਹਾਰਾਸ਼ਟਰ ਚ ਹੋਈਆਂ।
ਬਹੁਤ ਸਾਰੇ ਘਪਲੇ ਬਹੁਤ ਸਾਰੇ ਰੌਲੇ ਰੱਪੇ ਉੱਥੇ ਚੱਲੇ, ਇੱਥੋਂ ਤੱਕ ਕਿ ਲੋਕਾਂ ਨੂੰ ਵਰਗਾਂ ਦੇ ਵਿੱਚ ਵੰਡ ਕੇ ਰਾਜਨੀਤੀ ਕਰਨ ਦੀ ਪ੍ਰਕਿਰਿਆ ਵੀ ਚੱਲੀ। ਪਰ ਬਾਕੀ ਸਾਰੇ ਮਸਲਿਆਂ ਤੇ ਜੇ ਆਲੋਚਨਾ ਜਾਇਜ਼ ਹੈ ਤਾਂ ਇਸ ਮਸਲੇ ਦੇ ਉੱਤੇ ਫੜਨਵੀਸ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਸਰਕਾਰ ਦੀ ਜਿਹੜੀ ਹੈ ਉਹ ਪਿੱਠ ਥਾਪੜਨੀ ਵੀ ਕਿਤੇ ਨਾ ਕਿਤੇ ਜਾਇਜ਼ ਲੱਗਦੀ ਹੈ ਜੀ। ਬਾਠ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ ਜੀ। ਆਪਾਂ ਕੱਲ ਫੇਰ ਸਾਂਝ ਪਾਉਣੇ ਆ ਇਸੇ ਮਾਮਲੇ ਨੂੰ ਲੈ ਕੇ, ਅੱਗੇ ਖਬਰਸਾਰ ਨੂੰ ਆਪਾਂ ਸਾਂਝੀ ਕਰਾਂਗੇ। ਅੱਜ ਕੁਛੀ ਪਲਾਂ ਤੋਂ ਬਾਅਦ ਬਲਤੇਜ ਪੰਨੂ ਹੋ ਰਿਹਾ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਦੇ ਵਾਸਤੇ ਜੁੜਨਗੇ ਤੇ ਉਦੋਂ ਬਾਅਦ ਸਾਡੇ ਨਾਲ ਸ਼ਾਮਲ ਹੋਣਗੇ ਸਰਦਾਰ ਪੁਰਸ਼ੋਤਮ ਸਿੰਘ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਬਾਠ ਸਾਹਿਬ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਧੰਨਵਾਦ। ਮਿਹਰਬਾਨੀ ਜੀ। ਇਹ ਸੀਗੇ ਜੀ ਪਰਮਵੀਰ ਸਿੰਘ ਬਾਠ, ਖਬਰਸਾਰ ਤੁਸੀਂ ਸੁਣ ਰਹੇ ਸੀ।